ਤੁਸੀਂ ਇੱਕ ਦਿਨ ਸਵੇਰੇ ਮਾਂ ਦੀ ਲਾਡਲੀ ਨਹੀਂ ਮਾਂ ਦਾ ਲਾਡਲਾ ਬਣ ਕੇ ਉੱਠੇ। ਹੈਰਾਨ ਹੋਣ ਦੇ ਬਾਵਜੂਦ ਕਿਹੜੀਆਂ ਗੱਲਾਂ ਨੇ ਜੋ ਤੁਸੀਂ ਐਜ਼ ਅ ਮੁੱਛ ਫੁੱਟ ਗੱਭਰੂ ਜ਼ਰੂਰ ਕਰਦੇ? ਆਈ ਗੈਸ ਬਾਥਰੂਮ ਸੌਰੀ ਮਾਈ ਹਸਬੈਂਡ ਸਪੈਂਡਸ ਟਾਈਮ। ਪਰ ਹੁਣ ਜਿਨ੍ਹਾਂ ਦੇ ਹਸਬੈਂਡ ਵਿਚਾਰੇ ਕੰਮ 'ਚ ਬਿਜ਼ੀ ਨੇ ਉਹ ਹੁਣ ਕਿੰਨਾ ਟਾਈਮ? ਮੇਰੇ ਵੀ ਹਸਬੈਂਡ ਬਿਜ਼ੀ ਆ, ਉਹ ਦੋਸਤਾਂ ਨਾਲ ਨਹੀਂ ਜਾਂਦੇ। ਪਰਸਨਲ ਲੈ ਗਏ। ਸਪੋਜ਼ ਕਰੋ ਕਿ ਤੁਸੀਂ ਕਿਸੇ ਡੇਟ 'ਤੇ ਗਏ, ਡੇਟ 'ਤੇ ਤੇ ਕੈਂਟ ਇੰਪ੍ਰੈਸ਼ਨ ਬਣਾਉਣ ਲਈ ਤਰਸੇਮ ਜੱਸਣ ਕੁੜੀ ਅੱਗੇ ਕੀ ਤਰੀਕਾ ਅਪਣਾਊਗਾ? ਆਈ ਥਿੰਕ ਵਧੀਆ ਤਿਆਰ ਹੋ ਕੇ ਜਾਈਦਾ, ਵਧੀਆ ਜਗ੍ਹਾ ਹੋਣੀ ਚਾਹੀਦੀ ਜਿੱਥੇ ਬੈਠਣਾ, ਤੇ ਬਿੱਲ ਪੇ ਕਰ ਦਿਓ। ਬਿੱਲ ਰਲ ਕੇ ਵੀ ਪੇ ਕਰ ਸਕਦੇ। ਸਚਿਕਾਲ, ਵੈਲਕਮ ਟੂ ਅਵਰ ਸ਼ੋ ਦ ਕ੍ਰੌਸ ਇੰਟਰਵਿਊ ਸੀਜ਼ਨ 2। ਮੈਂ ਹਾਂ ਸੁਰੀਲੀ ਤੇ ਅੱਜ ਮੇਰੇ ਨਾਲ ਨੇ ਦੋ ਇਹੋ ਜਿਹੇ ਕਲਾਕਾਰ ਜੋ HTH ਸੁੱਟ ਰਹੇ ਨੇ। ਓ ਮੇਰਾ ਮਤਲਬ ਹਿੱਟ ਤੇ ਹਿੱਟ ਸੁੱਟ ਰਹੇ ਨੇ ਤੇ ਦਰਸ਼ਕਾਂ ਨੂੰ GPNN ਕਰੀ ਜਾਂਦੇ ਨੇ। ਮੇਰੀ ਗੱਲ ਸੁਣੋ, ਮੇਰਾ ਮਤਲਬ ਹੈ ਕੈਂਟ ਪਰਫਾਰਮੈਂਸ ਨਾਲ ਨਿਹਾਲ ਕਰੀ ਜਾਂਦੇ ਨੇ ਤੇ ਹੁਣ ਆ ਰਹੇ ਨੇ ਆਪਣੀ ਨਵੀਂ ਫਿਲਮ MDL ਦੇ ਨਾਲ, ਯਾਨੀ ਕਿ ਮਾਂ ਦਾ ਲਾਡਲਾ। ਸੋ ਸਵਾਗਤ ਕਰਦੇ ਹਾਂ ਸਾਡੇ HDAK ਯਾਨੀ ਹਰ ਦਿਲ ਅਜ਼ੀਜ਼ ਕਲਾਕਾਰਾਂ ਦਾ, ਮੇਰੇ ਬਹੁਤ ਖਾਸ ਨੀਰੂ ਬਾਜਵਾ ਐਂਡ ਤਰਸੇਮ ਜੱਸੜ ਦਾ। ਮੈਂ ਵਾਰੀ ਜਾਵਾਂ ਮਾਂ ਦੇ ਲਾਡਲਿਆਂ ਤੇ, ਲੰਬਾ ਹੋ ਗਿਆ, ਬੈਠੇ ਕਿੰਨੇ ਸੋਹਣੇ ਲੱਗਦੇ ਆ। ਪਰ ਮੈਨੂੰ ਲੱਗਦਾ ਤੁਸੀਂ ਇੱਕ ਦੂਜੇ ਨੂੰ ਸਵਾਲ ਪੁੱਛਦੇ ਹੋਰ ਵੀ ਘੈਂਟ ਲੱਗੋਗੇ। ਸੋ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਟੋਰਾ ਬਹੁਤ ਹੈ ਯਾਨੀ ਕਿ ਜੱਸੜ ਸਾਹਿਬ, ਤੁਸੀਂ ਪੁੱਛੋ ਸਵਾਲ ਸਾਡੀ ਹੁਸਨਾ ਦੀ ਰਾਣੀ ਨੀਰੂ ਜੀ ਨੂੰ। ਤੇ ਤੁਹਾਡੇ ਲਈ ਸਵਾਲ ਆ, ਤੁਸੀਂ ਇੱਕ ਮਦਰ ਹੋ ਤੇ ਮਦਰ ਲਈ ਬੱਚੇ ਦਿਲ ਦੇ ਬਹੁਤ ਕਰੀਬ ਹੁੰਦੇ ਆ ਓਬਵੀਅਸਲੀ, ਪਰ ਜਵਾਕਾਂ 'ਚ ਖਾਸੀਅਤ ਹੁੰਦੀ ਆ ਵੀ ਉਹ ਕਿਸੇ ਨੂੰ ਵੀ ਇਰੀਟੇਟ ਕਰ ਸਕਦੇ ਆ, ਠੀਕ, ਗੁੱਸਾ ਚੜਾ ਸਕਦੇ ਆ, ਤੇ ਉਹ ਕਿਹੜੀਆਂ ਗੱਲਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਗੁੱਸਾ ਆਉਂਦਾ ਬੱਚਿਆਂ? ਜਦੋਂ ਉਹ ਖਾਂਦੇ ਨਹੀਂ, ਜਦੋਂ ਟਾਈਮ 'ਤੇ ਸੌਂਦੇ ਨਹੀਂ, ਅਤੇ ਜਦੋਂ ਮੈਨੂੰ 24 ਘੰਟੇ ਕਾਰਟੂਨ ਦੇਖਣੇ ਪੈਂਦੇ ਆ। ਠੀਕ ਆ, ਰਾਈਟ। ਆਪਣੀ ਫਿਲਮ ਮਾਂ ਦਾ ਲਾਡਲਾ 'ਚ ਲੈਂਦੇ ਪੰਜਾਬ ਤੋਂ ਵੀ ਆਰਟਿਸਟ ਜੁੜੇ ਹੋਏ ਆ ਜਿਵੇਂ ਇਫਤਕਾਰ ਜੀ, ਨਸੀਬ ਜੀ, ਕੇਸਰ ਜੀ, ਉਹਨਾਂ ਤਿੰਨਾਂ ਦੀ ਇੱਕ ਇੱਕ ਖਾਸ ਕੁਆਲਿਟੀ ਅਤੇ ਵਰਕ ਐਕਸਪੀਰੀਅੰਸ ਦਾ ਤੁਸੀਂ ਦੱਸਣਾ। ਵੈਲ, ਤਿੰਨੋਂ ਹੀ ਬਹੁਤ ਪ੍ਰੋਫੈਸ਼ਨਲ ਨੇ, ਹੰਬਲ ਨੇ, ਯੂ ਨੋ ਕੌਮੇਡੀ ਕਿੰਗਸ ਨੇ, ਮੈਂ ਉਹਨਾਂ ਕੋਲੋਂ ਬਹੁਤ ਕੁਛ ਸਿੱਖਿਆ। ਆਈ ਗੈਸ ਮੇਰੇ ਜ਼ਿਆਦਾ ਸੀਨਸ ਨਸੀਮ ਵਿੱਕੀ ਜੀ ਨਾਲ ਸੀਗੇ, ਸੋ ਉਹਨਾਂ ਨੇ ਬਹੁਤ ਹੈਲਪ ਕੀਤੀ, ਯੂ ਨੋ ਕਦੇ ਕਦੇ ਕੋਈ ਪੰਚਸ ਵੀ ਦੇ ਦਿੰਦੇ ਸੀ, ਜੋ ਕਿ ਆਈ ਥਿੰਕ ਬਹੁਤ ਐਕਟਰਸ ਸੈਲਫਿਸ਼ ਹੁੰਦੇ ਆ, ਮੈਂ ਦੇਖਿਆ ਕਈ ਜੋ ਨਹੀਂ ਕਦੀ ਕੋਈ ਪੰਚ ਸ਼ੇਅਰ ਨਹੀਂ ਕਰਦੇ, ਉਹ ਤਾਂ ਕਲੋਜ਼ਅਪ ਸ਼ੇਅਰ ਕਰਨ, ਹਾਂ, ਬਟ ਉਹ ਮਤਲਬ ਬਿਲਕੁਲ ਖੁੱਲ੍ਹ ਕੇ ਇੱਕ ਦੂਸਰੇ ਨੂੰ ਮੋਟੀਵੇਟ ਕਰਨਾ, ਇੰਕਰੇਜ ਕਰਨਾ, ਇੱਕ ਦੂਜੇ ਨੂੰ ਪੰਚ ਦੇਣਾ, ਮੈਂ ਉਹਨਾਂ ਨੂੰ ਆਪਸ ਵਿੱਚ ਵੀ ਦੇਖਿਆ ਸੀ, ਉਹ ਯੂ ਨੋ ਕੇਸ, ਹਾਂ, ਨਸੀਮ ਵਿੱਕੀ ਜੀ, ਕੇਸਰ ਜੀ ਨੂੰ ਦੱਸੇ ਵੀ ਨਹੀਂ ਆ ਤੂੰ ਆਹ ਕਰ, ਤੂੰ ਉਹ ਕਰ। ਸੋ ਆਈ ਥਿੰਕ ਇਹਦੇ ਨਾਲ ਫਿਲਮ ਹੋਰ ਬੈਟਰ ਹੋ ਸਕਦੀ ਹੈ, ਪਰਫੋਰਮੈਂਸ ਐਂਡ ਫਿਲਮ ਟੀਮ ਨਾਲ ਹੀ ਬਣਦੀ ਹੈ, ਇਹਦੇ 'ਚ ਕੋਈ ਆਏ ਹੈ ਨਹੀਂ। ਖਾਸ ਗੱਲ ਇਹ ਆ ਜਦੋਂ ਉਹ ਪੰਚ ਦਿੰਦੇ ਸੀ ਤਾਂ ਉਹਨਾਂ ਦੀ ਬੇਇੱਜ਼ਤੀ ਵਾਲਾ ਹੀ ਦਿੰਦੇ ਸੀ। ਆਈ ਨੋ ਐਗਜ਼ੈਕਟਲੀ, ਮੈਨੂੰ ਹਾਂ ਜਦੋਂ ਯਾਦ ਆ ਮੈਨੂੰ ਕਹਿੰਦੇ ਸੀ ਮੈਨੂੰ ਹੋਰ ਮਾਰੋ, ਆਏ ਕਰੋ, ਕੁੱਟੋ, ਆ ਸਹੀ, ਰਾਈਟ। ਠੀਕ ਆ ਨੀਰੂ ਜੀ, ਇਮੇਜਿਨ ਕਰੋ
ਤੁਸੀਂ ਇੱਕ ਦਿਨ ਸਵੇਰੇ ਮਾਂ ਦੀ ਲਾਡਲੀ ਨਹੀਂ, ਮਾਂ ਦਾ ਲਾਡਲਾ ਬਣ ਕੇ ਉੱਠੇ, ਠੀਕ ਆ? ਅਤੇ ਜਦੋਂ ਅੱਖਾਂ ਖੋਲ੍ਹਦੇ ਹੋ, ਹੈਰਾਨ ਹੋਣ ਦੇ ਬਾਵਜੂਦ ਕਿਹੜੀਆਂ ਗੱਲਾਂ ਨੇ ਜੋ ਤੁਸੀਂ ਐਜ਼ ਏ ਮੁੱਛ ਫੁੱਟ ਗੱਭਰੂ ਜ਼ਰੂਰ ਕਰਦੇ? ਮੈਂ ਸਭ ਕੁਛ ਕਰਦੀ ਹਾਂ ਜੋ ਕਿ ਮੁੱਛ ਫੁੱਟ ਗੱਭਰੂ ਕਰਦਾ ਹੈ। ਇਹੋ ਜਿਹੀ ਕੋਈ ਕੋਈ ਮਤਲਬ, ਹਾਂ ਮੇ ਬੀ ਬਾਥਰੂਮ, ਆਈ ਗੈਸ ਬਾਥਰੂਮ ਸਿਰਫ ਉਹੀ ਕੰਮ ਨਹੀਂ ਟਰਾਈ ਕੀਤਾ। ਓਕੇ, ਠੀਕ ਆ। ਓਕੇ, ਤੁਹਾਡੇ ਅਕੋਰਡਿੰਗ ਆਮ ਤੌਰ 'ਤੇ ਵਾਈਵਜ਼ ਨੂੰ ਹਸਬੈਂਡ ਤੋਂ ਕੀ ਕੰਪਲੇਂਟਸ ਰਹਿੰਦੀਆਂ ਨੇ, ਅਤੇ ਕੰਪਲੇਂਟਸ ਦੁਬਾਰਾ ਰਿਪੀਟ ਨਾ ਹੋਣ ਉਸ ਲਈ ਵਾਈਵਜ਼ ਨੂੰ ਕੀ ਕਰਨਾ ਚਾਹੀਦਾ? ਕੀ ਕੰਪਲੇਂਟ ਹੈ ਮੇਰੀ? ਕੀ ਕੰਪਲੇਂਟ ਹੁੰਦੀ ਹੈ? ਪਰ ਉਹ ਕਿਹੜੀਆਂ ਕੰਪਲੇਂਟ ਜਿਹੜੀਆਂ ਯਾਦ ਹੀ ਨਹੀਂ ਆ ਰਹੀ? ਹਾਂ, ਆਈ ਨੋ। ਵੈਲ, ਇੱਕ ਕੰਪਲੇਂਟ ਮੈਂ ਲਾਸਟ ਟਾਈਮ ਵੀ ਦੱਸਿਆ ਸੀ ਕਿ ਉਹਨਾਂ ਨੇ ਮੈਨੂੰ ਕਦੀ ਉਹ ਫਿਰ ਉਹ ਨੋ ਹੀ ਸੈਡ ਸੋਰੀ। ਮੈਂ ਵਾਪਸ ਜਾ ਕੇ ਕਿਹਾ ਸੀ, ਮੈਂ ਕਿਹਾ ਸੀ ਕਿ ਤੁਸੀਂ ਕਦੇ ਮੈਨੂੰ ਸੋਰੀ ਨਹੀਂ ਕਿਹਾ। ਫਿਰ ਉਹਨਾਂ ਨੇ ਗਿਣਵਾਇਆ ਕਿ ਮੈਂ ਇਸ ਟਾਈਮ ਸੋਰੀ ਕਿਹਾ ਸੀ, ਉਸ ਟਾਈਮ ਸੋਰੀ ਕਿਹਾ ਸੀ। ਤੇ ਦੋ ਤਿੰਨ ਵਾਰ ਉਦਾਂ ਵੀ ਕਹਿਤਾ ਹੋਣਾ ਡਰਦੇ ਨੇ ਵੀ ਸੋਰੀ 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 ਸੋਰੀ, ਪਰ ਕਿਤੇ ਇਦਾਂ ਨਹੀਂ ਕਹਿਣਾ। ਨਹੀਂ, ਆਈ ਡੋਨਟ ਨੋ ਕੀ ਕੰਪਲੇਂਟ ਹੁੰਦੀ ਆ। ਮੇਰੀ ਕੋਈ ਇਹੋ ਜਿਹੀ ਕੰਪਲੇਂਟ ਨਹੀਂ, ਪਰ ਮੈਂ ਸੁਣਿਆ ਕਿ ਜ਼ਿਆਦਾਤਰ ਆਈ ਗੈਸ ਵਾਈਫ ਦੀ ਕੰਪਲੇਂਟ ਹੁੰਦੀ ਆ ਕਿ ਹਸਬੈਂਡਸ ਟਾਈਮ ਨਹੀਂ ਸਪੈਂਡ ਕਰਦੇ ਉਹਨਾਂ ਨਾਲ। ਸੋ ਆਈ ਡੋਨਟ ਨੋ। ਓਕੇ, ਠੀਕ। ਸੌਰੀ, ਮਾਈ ਹਸਬੈਂਡ ਸਪੈਂਡਸ ਟਾਈਮ ਵਿਦ ਮੀ। ਪਰ ਹੁਣ ਜਿਹਨਾਂ ਦੇ ਹਸਬੈਂਡ ਵਿਚਾਰੇ ਕੰਮ 'ਚ ਬਿਜ਼ੀ ਨੇ, ਉਹ ਹੁਣ ਕਿੰਨਾ? ਮੇਰੇ ਵੀ ਹਸਬੈਂਡ ਬਿਜ਼ੀ ਆ, ਉਹ ਦੋਸਤਾਂ ਨਾਲ ਨਹੀਂ ਜਾਂਦੇ। ਅੱਛਾ, ਇਹ ਪਰਸਨਲ ਲੈ ਗਏ। ਵੈਸੇ ਮੈਂ ਗੱਲ ਕਰਦਾ ਵਿਚਾਰੇ ਬੰਦੇ ਜਿਹੜੇ ਵਿਚਾਰੇ। ਓਕੇ, ਚਲੋ ਸਪੋਲ ਕਰੋ, ਮਹਿਸੂਸ ਕੀਤਾ ਤੁਸੀਂ, ਠੀਕ ਆ। ਰੁਬੀਨਾ ਨਾਲ ਤੁਹਾਡੀ ਇੱਕ ਇੰਟਰਵਿਊ 'ਚ ਉਹਨਾਂ ਨੇ ਦੱਸਿਆ ਸੀ ਕਿ ਹੈਰੀ ਨੂੰ ਕਿਸੇ ਐਕਟਰੈਸ ਨਾਲ ਵਿਆਹ ਨਹੀਂ ਕਰਾਉਣਾ ਸੀ। ਦੈਨ ਉਹਨਾਂ ਦਾ ਥਾਟ ਕਿਵੇਂ ਚੇਂਜ ਹੋਇਆ? ਮੈਨੂੰ ਮਿਲ ਕੇ ਚੇਂਜ ਹੋਇਆ, ਕਿਉਂਕਿ ਉਹਨਾਂ ਦਾ ਇੰਪ੍ਰੈਸ਼ਨ ਸੀ ਕਿ ਐਕਟ੍ਰੈਸਿਸ ਬਹੁਤ ਮਤਲਬ ਯੂ ਨੋ, ਮੈਂ ਮੇਕਅਪ, ਮੈਂ ਹੇਅਰ, ਮੈਂ ਇਹ ਵੋ, ਮਤਲਬ ਐਟੀਟਿਊਡ ਬਹੁਤ ਹੁੰਦਾ ਹੈ। ਐਂਡ ਸੋ ਮੈਨੂੰ ਮਿਲ ਕੇ ਹੀ ਤੱਕ ਕਿ ਨਹੀਂ, ਇਹ ਤਾਂ ਬਹੁਤ ਨੋਰਮਲ ਆ, ਕਿਉਂਕਿ ਮੈਂ ਮਤਲਬ ਜਦੋਂ ਮੈਂ ਘਰੇ ਹੁੰਦੀ ਹਾਂ ਜਾਂ ਆਫ ਸੈੱਟ ਹੁੰਦੀ, ਮੈਂ ਆਈ ਡੋਂਟ ਨੋ, ਮੈਂ ਨੋਰਮਲ ਹੀ ਹਾਂ। ਸੋ ਆਈ ਐਮ ਨੋਰਮਲ। ਉਹ ਐਕਟਿੰਗ ਮੈਨੂੰ ਲੱਗਦਾ ਸਾਡਾ ਸਿਰਫ ਇੱਕ ਪ੍ਰੋਫੈਸ਼ਨ ਆ, ਬਟ ਕੁਛ ਲੋਕ ਹੁੰਦੇ ਆ ਜੋ ਕਿ ਉਹਨੂੰ ਜ਼ਿਆਦਾ ਹੀ ਸੀਰੀਅਸ ਲੈ ਲੈਂਦੇ ਆ। ਮਤਲਬ ਉਹਨੂੰ ਉਹ ਆਮ ਜ਼ਿੰਦਗੀ ਦੇ ਵਿੱਚ ਵੀ ਉਹ ਚੀਜ਼ਾਂ ਕਰੈਕਟਰ 'ਚ ਚਲੇ ਜਾਂਦੇ ਆ। ਹਾਂਜੀ, ਜ਼ਿਆਦਾ ਐਕਟਿੰਗ ਆਫ ਕੈਮਰਾ ਕਰਦੇ, ਆਫ ਕੈਮਰਾ ਜ਼ਿਆਦਾ ਚੱਲ ਪੈਂਦੀ ਆਨ ਕੈਮਰਾ ਨਾਲੋਂ, ਠੀਕ ਆ। ਯਾਨੀ ਆਫ ਕੈਮਰਾ ਐਕਟਿੰਗ ਨਹੀਂ ਚਾਹੀਦੀ, ਆਨ ਕੈਮਰਾ ਠੀਕ ਆ। ਪਲੀਜ਼ ਉਹ ਕਰ ਲਓ। ਅਤੇ ਤੁਹਾਡੀ ਕੋਈ ਇਹੋ ਜਿਹੀ ਹੈਬਿਟ ਦੱਸੋ ਜੋ ਕੋਈ ਵੀ ਇਨਸਾਨ ਪਹਿਲੀ ਵਾਰ ਸੁਣ ਕੇ ਬਿਲੀਵ ਨਾ ਕਰੇ ਕਿ ਨੀਰੂ ਬਾਜਵਾ ਤਾਂ ਕਰ ਸਕਦੀ ਹੈ। ਕਰ ਸਕਦੀ ਹਾਂ? ਓ ਗੋਡ, ਮੇਰੀ ਇਹੋ ਜਿਹੀ ਕੋਈ ਹੈਬਿਟ, ਆਈ ਡੋਂਟ ਨੋ ਹੈਬਿਟ ਆ, ਬਟ ਮੈਨੂੰ ਸ਼ੂਟ ਤੋਂ ਪਹਿਲਾਂ ਅੱਜ ਵੀ ਬਹੁਤ ਡਰ ਲੱਗਦਾ, ਇਨਸਿਕਿਉਰਿਟੀ ਹੁੰਦੀ ਆ ਕਿ ਪਤਾ ਨਹੀਂ ਕਿ ਯੂ ਨੋ ਇਹਨਾਂ ਨੂੰ ਲੱਗੂਗਾ ਕਿ ਮੈਂ ਇਸ ਫਿਲਮ ਲਈ ਕਰੈਕਟ ਹਾਂ, ਰਾਈਟ ਹਾਂ। ਜੇ ਸੱਚੀ ਗੱਲ ਹੈ ਤਾਂ ਮੈਨੂੰ ਵੀ ਹੈਰਾਨ ਕਰਨ ਲੱਗਿਆ। ਸੱਚੀ, ਹਰੇਕ ਬੰਦਾ ਇਹੀ ਸੋਚੂਗਾ ਵੀ ਨੀਰੂ ਬਾਜਵਾ ਨੇ ਇੰਨੇ ਸਾਲ ਹੋ ਗਏ ਵੀ ਹੁਣ ਤਾਂ ਉਹਨਾਂ ਨੂੰ ਕੋਈ ਮਤਲਬ ਹੋਣਾ ਨਹੀਂ, ਨਰਵਸ ਨਹੀਂ ਹੋਣੇ ਹੁੰਦੇ ਹੋਣੇ। ਮੈਂ ਬਹੁਤ ਨਰਵਸ ਹੁੰਦੀ ਹਾਂ ਮੈਨੂੰ ਇੰਟਰਵਿਊ ਤੋਂ ਪਹਿਲਾਂ, ਐਂਡ ਸਟੇਜ ਦੇ ਉੱਤੇ ਜਾਣ ਤੋਂ ਵੀ ਮੈਨੂੰ ਬਹੁਤ ਡਰ ਲੱਗਦਾ ਹੈ। ਪਬਲਿਕ ਸਪੀਕਿੰਗ ਐਂਡ ਸਭ ਕੁਝ, ਮੈਨੂੰ ਮਤਲਬ ਪਸੀਨਾ ਆ ਜਾਂਦਾ, ਮਾਈ ਹਾਰਟ ਸਟਾਰਟਸ ਬੀਟਿੰਗ, ਫਿਰ ਮੈਨੂੰ ਬ੍ਰੀਥ ਕਰਨਾ ਪੈਂਦਾ, ਫਿਰ ਮੈਨੂੰ ਐਂ ਲੱਗਦਾ ਮੈਨੂੰ ਬਾਥਰੂਮ ਜਾਣਾ। ਤੁਸੀਂ ਮੁੰਡਿਆਂ ਵਾਲੀ ਗੱਲ ਤਾਂ ਹੀ ਸਭ ਤੋਂ ਪਹਿਲਾਂ ਬਾਥਰੂਮ ਐਡ ਕੀਤਾ। ਮੇਰੀ ਪ੍ਰੋਬਲਮ ਆ ਜਦੋਂ ਮੈਨੂੰ ਪਤਾ ਲੱਗ ਜਾਣਾ ਕਿਤੇ ਵਾਸ਼ਰੂਮ ਨਹੀਂ, ਫਿਰ ਮੈਨੂੰ ਮੇਰੇ ਮਨ 'ਚ ਉਹੀ ਆ ਕਿ ਮੈਂ ਜਾਣਾ ਹੀ ਜਾਣਾ ਨਾ, ਆਈ ਗੈਟ ਸਟਕ ਦੇਰ। ਓਕੇ ਜੀ, ਠੀਕ ਹੈ। ਚਲੋ ਗੂਗਲ 'ਤੇ ਸਰਚ ਕਰੋ ਕੁਈਨ ਆਫ ਪੰਜਾਬੀ ਇੰਡਸਟਰੀ ਅਤੇ ਤੁਹਾਡਾ ਨਾਮ ਆ ਜਾਂਦਾ, ਜੋ ਬਹੁਤ ਸੋਹਣਾ ਟਾਈਟਲ ਆ ਤੁਹਾਡੇ ਲਈ। ਅਤੇ ਜੇ ਤੁਹਾਨੂੰ ਮੌਕਾ ਮਿਲੇ ਕੁਛ ਐਕਟਰਸ ਨੂੰ ਆਪਣੇ ਅਕੋਰਡਿੰਗ ਇੱਕ ਟਾਈਟਲ ਦੇਣ ਦਾ, ਤਾਂ
ਉਹ ਕੀ ਹੋਊਗਾ? ਤੁਸੀਂ ਮੇਰੀ ਹੈਲਪ ਕਰੋਗੇ ਕਿਉਂਕਿ ਤੁਸੀਂ ਬਹੁਤ ਹੀ ਵਧੀਆ ਕੋ-ਸਟਾਰ ਹੋ। ਹਾਂ, ਪਰ ਇੱਥੇ ਮੈਂ ਸਵਾਲ ਪੁੱਛਣ ਵਾਲਾ, ਮੈਂ ਆਪਣੀ ਜੌਬ ਨੂੰ ਪੂਰੀ ਰਿਸਪੋਂਸਿਬਿਲਟੀ ਨਾਲ ਨਿਭਾਉਣਾ ਚਾਹੁੰਦਾ, ਮੈਂ ਕਿਸੇ ਵੀ ਸਵਾਲ ਦਾ ਜਵਾਬ ਆਪ ਨਹੀਂ ਦੇਣਾ ਚਾਹੁੰਦਾ। ਪਲੀਜ਼ ਤਰਸੀਮ ਜੀ, ਓਕੇ, ਕਿ ਤੁਸੀਂ ਬਹੁਤ ਡਿਪਲੋਮੈਟਿਕ ਹੋ, ਤੁਸੀਂ ਹਮੇਸ਼ਾ ਹੀ ਮਤਲਬ ਕਰੈਕਟ ਚੀਜ਼ ਬੋਲਦੇ ਹੋ, ਤੁਸੀਂ ਮੈਨੂੰ ਰੋਕ ਲਿਓ। ਦੇਖੀ, ਇੱਜ਼ਤ ਵੀ ਕਰਤੀ ਤੇ ਇਹ ਵੀ ਕਹਤਾ ਡਿਪਲੋਮੈਟਿਕ ਆ। ਨੋ, ਡਿਪਲੋਮੈਟਿਕ ਥੋੜੀ ਆ। ਚਲੋ ਦੱਸੋ, ਹੁਣ ਤੁਸੀਂ ਦੱਸਣਾ ਇਹ, ਹੁਣ ਤੁਹਾਡਾ ਸਵਾਲ ਆ, ਮੇਰਾ ਨਹੀਂ ਆ। ਸੋਨਮ ਬਾਜਵਾ, ਹੌਟ ਕੁਈਨ, ਹੌਟ ਕੁਈਨ, ਓਕੇ। ਗੁਰਨਾਮ ਭੁੱਲਰ, ਗੁਰਨਾਮ ਭੁੱਲਰ, ਅੱਛਾ, ਨੂੰ ਲਾਈਕ ਸਮਥਿੰਗ ਟਾਈਟਲ, ਕੋਈ ਟਾਈਟਲ ਦੇਣਾ ਬੇਸਿਕਲੀ ਤੁਸੀਂ ਸਾਰਿਆਂ ਨੂੰ ਇੱਕ। ਰੋਮਾਂਸ, ਰੋਮਾਂਸ, ਓਕੇ। ਐਮੀ ਵਿਰਕ, ਸ਼ੇਰ ਪੱਗਾ। ਦਲਜੀਤ ਦੋਸਾਂਝ, ਰੌਕ ਸਟਾਰ। ਗਿੱਪੀ ਗਰੇਵਾਲ, ਸੁਪਰ ਸਟਾਰ। ਗੁੱਡ ਡਨ ਜੀ, ਵੈਲ ਡਨ, ਬਹੁਤ ਸੋਹਣਾ ਕੀਤਾ ਤੁਸੀਂ, ਅਤੇ ਇਸੇ ਦੇ ਨਾਲ ਤੁਹਾਨੂੰ ਨਿੱਕਾ ਜਿਹਾ ਪ੍ਰਾਈਜ਼ ਮਿਲੂਗਾ, ਤੁਸੀਂ ਮੇਰੇ ਨਾਲ ਫੋਟੋ ਕਰਾ ਸਕਦੇ। ਥੈਂਕ ਯੂ ਸੋ ਮੱਚ। ਸੁਰੀਲੀ ਜੀ, ਮੇਰੇ ਵੱਲੋਂ ਡਨ। ਬਾਜਵਾ ਸਾਹਿਬ, ਅਤੇ ਹੁਣ ਸਵਾਲ ਤੁਸੀਂ ਪੁੱਛੋਗੇ? ਹਾਂਜੀ, ਹੁਣ ਬਾਜਵਾ ਸਾਹਿਬ ਪੁੱਛਣਗੇ ਤਰਸੇਮ ਜੀ ਨੂੰ। ਤਰਸੇਮ ਜੀ, ਕੋਈ ਇਹੋ ਜਿਹੀਆਂ ਤਿੰਨ ਗੱਲਾਂ ਦੱਸੋ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੈਨਸ ਦੇ ਮਾਈਂਡ 'ਚ ਤੁਹਾਡੀ ਪਰਸਨੈਲਿਟੀ ਨੂੰ ਲੈ ਕੇ ਫਿਕਸ ਹੋਈਆਂ ਪਈਆਂ? ਇੱਕ ਤਾਂ ਇਹੀ ਮੈਨੂੰ ਲੱਗਦਾ ਪੱਗ, ਪੱਗ ਦਾ ਸਟਾਈਲ, ਅਤੇ ਚਾਹੇ ਅਟਾਇਰ ਕਰ ਲਵਾਂ ਮੈਂ ਸਾਰਾ, ਹੈ ਨਾ, ਵੀ ਮੈਨੂੰ ਲੱਗਦਾ ਉਹ ਉਹਨਾਂ ਨੂੰ ਪਤਾ ਵੀ ਬਾਈ ਤਿਆਰ ਹੋਊਗਾ ਤਾਂ ਇੱਦਾਂ ਦਾ ਤਿਆਰ ਹੋਊਗਾ। ਕੀ ਤੁਸੀਂ ਸੋਨੇ ਵੀ ਸੂਟ ਪਾ ਕੇ ਜਿਹੜੇ ਉਹਨਾਂ ਨੂੰ ਪਤਾ ਵੀ ਉਹ ਜਦੋਂ ਵੀ ਆਇਆ ਤਾਂ ਮੈਨੂੰ ਲੱਗਦਾ ਉਹ ਵਿੱਚ ਕਿਤੇ ਵੀ ਪਲੇ ਕਰ ਸਕਦੇ ਆ, ਚਾਹੇ ਸਾਰੇ ਪੇਰੈਂਟਸ ਨਾਲ ਬੈਠੇ ਆ। ਥਰਡ ਮੂਵੀਜ਼, ਉਹਨਾਂ ਨੂੰ ਪਤਾ ਵੀ ਮੂਵੀ ਹੋਊਗੀ ਤਾਂ ਫੈਮਲੀ ਦੇਖਣ ਵਾਲੀ ਹੋਊਗਾ, ਆਈ ਥਿੰਕ ਇਹ ਤਿੰਨ ਚੀਜ਼ਾਂ। ਤੁਹਾਡਾ ਕੋਈ ਇੱਦਾਂ ਦਾ ਖਰਚਾ ਦੱਸੋ ਜੋ ਤੁਹਾਨੂੰ ਲੱਗਦਾ ਹੈ ਕਿ ਪੈਸੇ ਤਾਂ ਨਜਾਇਜ਼ ਹੀ ਲੱਗ ਜਾਂਦੇ ਆ? ਸ਼ੋਪਿੰਗ, ਸ਼ੋਪਿੰਗ, ਕੱਪੜੇ, ਤੁਹਾਨੂੰ ਕੱਪੜਿਆਂ ਦਾ, ਕੱਪੜਿਆਂ ਦਾ ਬਹੁਤ ਸ਼ੌਕ ਹੈ, ਕੱਪੜੇ, ਸ਼ੂਜ਼ ਕਹਿ ਲਓ, ਮਤਲਬ ਇਹ ਚੀਜ਼ਾਂ 'ਤੇ ਜੇ ਕਈ ਵਾਰ ਨਹੀਂ, ਮੈਂ ਤਾਂ ਹੁਣ ਜਿਵੇਂ ਹੁਣ ਵੀ ਮੂਵੀ ਦੇ ਸ਼ੂਟ ਤੋਂ ਬਾਅਦ ਜਿਸ ਦਿਨ ਅਸੀਂ ਚਲੇ ਗਏ, ਮੈਂ ਉਸ ਦਿਨ ਕੁਛ ਨਹੀਂ ਸੀ ਲੈਣਾ, ਮੈਂ ਇਹਨਾਂ ਨੂੰ ਕਿਹਾ ਮੈਨੂੰ ਨਾ ਲੈ ਕੇ ਜਾਓ, ਠੀਕ ਆ, ਤਾਂ ਉਹ ਬਸ ਜਦੋਂ ਉੱਥੇ ਲੈ ਗਏ ਤਾਂ ਮਤਲਬ ਉਹਨਾਂ ਨਹੀਂ ਲਿਆ ਹੋਣਾ, ਫਿਰ ਮੇਰੇ ਤੋਂ ਲੈ ਹੋ ਜਾਂਦਾ, ਇਹ ਚੀਜ਼ ਹੈਗੀ ਆ। ਸੋ ਤੁਸੀਂ ਸ਼ੌਪਾਹੋਲਿਕ ਹੋ, ਕਹਿ ਸਕਦੇ ਹਾਂ, ਮਤਲਬ ਮੈਂ ਜਦੋਂ ਜਾਵਾਂ ਤਾਂ ਮੇਰੇ ਤੋਂ ਲੈ ਹੋ ਜਾਂਦੀਆਂ ਚੀਜ਼ਾਂ। ਨਾਟ ਬੈਡ। ਤੁਹਾਨੂੰ ਮੈਂ ਇੱਕ ਸਿਚੁਏਸ਼ਨ ਦਿੰਦੀ ਹਾਂ, ਇੰਟਰਸਟਿੰਗ ਕੁਐਸਚਨ। ਇੱਦਾਂ ਕਿਹਾ ਜਾਂਦਾ ਕਿ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਅਤੇ ਸਪੋਜ਼ ਕਰੋ ਕਿ ਤੁਸੀਂ ਕਿਸੇ ਡੇਟ 'ਤੇ ਗਏ ਹੋ, ਡੇਟ 'ਤੇ, ਅਤੇ ਕੈਂਟ ਇੰਪ੍ਰੈਸ਼ਨ ਬਣਾਉਣ ਲਈ ਤਰਸੇਮ ਜੱਸੜ ਕੁੜੀ ਅੱਗੇ ਕੀ ਤਰੀਕਾ ਅਪਣਾਊਗਾ? ਕਿਵੇਂ ਅਪਣਾਈਦੇ ਹੁੰਦੇ ਆ, ਦੱਸ ਦਿਓ ਕੁਛ, ਤੁਸੀਂ ਦੱਸੋ, ਅਸੀਂ ਸਾਰੇ ਸੁਣਨਾ ਚਾਹੁੰਦੇ ਹਾਂ। ਆਈ ਥਿੰਕ, ਪਤਾ ਨਹੀਂ, ਡੇਟ 'ਤੇ ਜਾਈਦਾ ਮਤਲਬ ਸਾਰਾ ਕੁਛ ਹੋਏ ਤੇ ਹੀ ਜਾਈਦਾ ਨਾ, ਜਦੋਂ ਦੋਨੇ ਪਾਸੇ ਰੀਅਲੀ ਹੋਵੇ, ਰੀਅਲੀ। ਆਈ ਥਿੰਕ ਵਧੀਆ ਤਿਆਰ ਹੋ ਕੇ ਜਾਈਦਾ, ਅਤੇ ਵਧੀਆ ਜਗ੍ਹਾ ਹੋਣੀ ਚਾਹੀਦੀ ਜਿੱਥੇ ਬੈਠਣਾ, ਓਬਵੀਅਸਲੀ, ਐਂਡ ਬੀ ਯੋਰਸੈਲਫ, ਯੈਸ,
ਸੱਚੇ ਹੋਣੇ ਚਾਹੀਦੇ ਤੇ ਬਿੱਲ ਪੇ ਕਰਦੇ ਹੋ, ਬਿੱਲ ਰਲ ਕੇ ਵੀ ਪੇ ਕਰ ਸਕਦੇ ਹੋ, ਜਿਆਦਾ ਵਧੀਆ ਜਗ੍ਹਾ ਪਲੀਜ਼। ਵੈਸੇ ਤਾਂ ਚਲੋ ਇਹ ਤਾਂ ਹਾਸੇ ਮਜ਼ਾਕ ਛੱਡ ਗੱਲ ਆ, ਪਰ ਮੇਰਾ ਸਿੰਪਲ ਚੀਜ਼ ਇਹ ਆ ਵੀ ਜਿਵੇਂ ਦੇ ਤੁਸੀਂ ਹੈਗੇ ਹੋ ਨਾ, ਜੋ ਤੁਸੀਂ ਆਮ ਜ਼ਿੰਦਗੀ 'ਚ ਕਰਦੇ ਹੋ, ਹਾਂ ਤੁਸੀਂ ਓਬਵੀਅਸਲੀ ਐਕਸਟਰਾ ਨਹਾ ਲੈਂਦੇ ਹੋ, ਥੋੜ੍ਹਾ ਜਿਹਾ ਐਕਸਟਰਾ ਥੋੜ੍ਹਾ ਜਿਹਾ ਪਰਫਿਊਮ ਲਾ ਲੈਂਦੇ ਹੋ, ਠੀਕ ਆ, ਉਹ ਚੀਜ਼ ਡਿਫਰੈਂਟ ਆ, ਬਟ ਉਹ ਤੋਂ ਬਿਨਾਂ ਜਿਵੇਂ ਦੇ ਤੁਸੀਂ ਹੈਗੇ ਹੋ ਉਵੇਂ ਦੇ ਚੱਲ ਜਾਓ, ਕਿਉਂਕਿ ਜੇ ਤੁਸੀਂ ਡੇਟ 'ਤੇ ਹੋਰੋ ਤਾਂ ਤੁਸੀਂ ਨੈਕਸਟ ਡੇ ਕੁਛ ਹੋਰ ਬਣ ਗਏ ਅਤੇ ਹੌਲੀ ਹੌਲੀ ਰਿਸ਼ਤਾ ਖਰਾਬ ਹੋ ਜਾਂਦਾ। ਜੋ ਤੁਸੀਂ ਹੈਗੇ ਹੋ ਐਜ਼ ਇਟ ਇਜ਼ ਅਗਲੇ ਦੇ ਸਾਹਮਣੇ ਚੱਲ ਜਾਓ, ਜੇ ਦੋਨੇ ਵਧੀਆ ਹੋਵੋਗੇ, ਦੋਨਾਂ ਨੂੰ ਇੱਕ ਦੂਜਾ ਵਧੀਆ ਲੱਗੂ, ਦੈਨ ਫਿਰ ਤੁਸੀਂ ਹਮੇਸ਼ਾ ਲਈ ਵਧੀਆ ਰਹੋਗੇ। ਥੈਂਕ ਯੂ। ਤੁਸੀਂ ਇੰਨੇ ਗੀਤ ਲਿਖੇ, ਕੋਈ ਇੱਕ ਗੀਤ ਦੱਸੋ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਆ, ਕਿ ਤੁਸੀਂ ਕਿਸੇ ਬਹੁਤ ਕਰੀਬ ਹੈ ਕਿ ਤੁਸੀਂ ਕਿਸੇ ਕੁੜੀ ਲਈ ਲਿਖਿਆ ਹੋਵੇ, ਅੱਜ ਕਨਫੈਸ਼ਨ ਕਰ ਦਿਓ ਤੇ ਤੁਹਾਡੀ ਆਵਾਜ਼ 'ਚ ਉਹ ਗੀਤ ਵੀ ਹੋ ਜਾਏ। ਨਹੀਂ, ਜਿਹੜੇ ਗੀਤ ਕੁੜੀਆਂ ਵਾਲੇ ਸਾਰੇ ਕੁੜੀਆਂ ਲਈ ਹੀ ਲਿਖੇ ਆ। ਹਾਂ, ਕੋਈ ਪਾਰਟਿਕੂਲਰ ਕੁੜੀ ਲਈ ਕਦੇ ਕੁਝ ਲਿਖਿਆ ਹੋ? ਦੇਖੋ ਹੁਣ ਸਭ ਤੋਂ ਪਹਿਲੀ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈ? ਇਨਸਪੀਰੇਸ਼ਨ ਹੁਣ ਤੁਸੀਂ ਵੀ ਦੇ ਸਕਦੇ ਹੋ। ਹਾਂ, ਮਤਲਬ ਕੋਈ ਵੀ ਦੇ ਸਕਦਾ। ਇਨਸਪੀਰੇਸ਼ਨ ਹਮੇਸ਼ਾ ਤੁਹਾਡੇ ਆਲੇ ਦੁਆਲੇ ਹੁੰਦੀ ਆ, ਹਮੇਸ਼ਾ ਤੁਹਾਡੇ ਆਲੇ ਦੁਆਲੇ। ਕਦੇ ਕੋਈ ਪਾਰਟਿਕੂਲਰ ਇਨਸਾਨ ਲਈ ਤੁਸੀਂ ਕਦੇ ਕੋਈ ਗੀਤ, ਲੜਕੀ ਲਈ ਗੀਤ ਲਿਖਿਆ? ਇੱਕ ਲਈ ਸਾਰਾ ਨਹੀਂ, ਨਹੀਂ ਓਕੇ, ਸਾਰਿਆਂ ਤੋਂ ਥੋੜ੍ਹਾ ਥੋੜ੍ਹਾ। ਹਾਂਜੀ, ਜਾਂ ਮਤਲਬ ਤੁਹਾਨੂੰ ਇਹ ਹੁੰਦਾ, ਕਈ ਚੀਜ਼ਾਂ ਹੁੰਦੀਆਂ ਤੁਹਾਡੀਆਂ ਆਪਣੀਆਂ ਹੁੰਦੀਆਂ, ਕਈ ਚੀਜ਼ਾਂ ਤੁਸੀਂ ਆਪਣੀਆਂ ਦੇ ਵਿੱਚ ਕਿਸੇ ਦੀਆਂ ਐਡ ਕਰਦੇ ਹੋ, ਜਿਵੇਂ ਮਤਲਬ ਐਡ ਹੋ ਜਾਂਦੀ ਕਿਸੇ ਦੀ ਹੋਰ ਦੀ ਸਟੋਰੀ, ਤੁਸੀਂ ਉਹਦੇ ਵਿੱਚ ਐਡ ਕਰ ਦਿੰਦੇ ਹੋ ਕਿਸੇ ਦੀਆਂ ਚੀਜ਼ਾਂ, ਤੁਸੀਂ ਪਾ ਦਿੰਦੇ ਹੋ। ਫਿਲਹਾਲ ਗਲਵੱਕੜੀ ਸੁਣਾ ਦਿੰਦਾ, ਆਈ ਥਿੰਕ ਮੈਨੂੰ ਲੱਗਦਾ। ਤੈਨੂੰ ਵਿੱਚ ਖਾਬਾਂ ਦੇ ਗਲਵੱਕੜੀ ਪਾਉਣੀਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਤੈਨੂੰ ਕਿੰਨਾ ਚਾਹੁੰਦੀਆਂ। ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜੇ, ਮੈਂ ਸਿਰ 'ਤੇ ਚੁੰਨੀ ਰੱਖਦੀਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ। ਬੜਾ ਅੜਬ ਅਸੂਲੀ ਵੇ, ਨਾ ਗੱਲ ਕਰੇ ਫਜ਼ੂਲੀ ਵੇ, ਤੇਰੀ ਸਮਾਈਲ ਜੱਟਾ ਮੈਨੂੰ ਫੈਨ ਬਣਾਉਂਦੀ ਆ। ਤੈਨੂੰ ਵਿੱਚ ਖਾਬਾਂ ਦੇ ਗਲਵੱਕੜੀ ਪਾਉਣੀਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਤੈਨੂੰ ਕਿੰਨਾ ਚਾਹੁੰਦੀ ਆ। ਵਾਹ, ਸੋ ਬਿਊਟੀਫੁਲ, ਥੈਂਕ ਯੂ ਤਰਸੇਮ ਜੀ। ਨੈਕਸਟ ਕੁਐਸਚਨ। ਹਾਂਜੀ, ਨਿੱਕੇ ਹੁੰਦਿਆਂ ਦਾ ਕੋਈ ਇਹੋ ਜਿਹਾ ਕਿੱਸਾ ਸ਼ੇਅਰ ਕਰੋ ਜਿੱਥੇ ਤੁਹਾਨੂੰ ਫੀਲ ਹੋਇਆ, ਹਾਂ ਮਾਂ ਦਾ ਲਾਡਲਾ ਤਾਂ ਮੈਂ ਹੈਗਾ। ਇਹ ਤਾਂ ਬਹੁਤ ਨੇ ਕਿੱਸੇ, ਮਤਲਬ ਜਦੋਂ ਪਾਪਾ ਨੇ ਬਹੁਤ ਸਟ੍ਰਿਕਟ ਰੱਖਿਆ ਹੈ ਨਾ ਸਾਰਾ ਕੁਛ, ਮਤਲਬ ਵੀ ਇਹਨਾਂ ਨੂੰ ਅਕਲ ਰਹੇ ਕੱਲ ਨੂੰ, ਅਤੇ ਸ਼ਾਇਦ ਉਹਦੇ ਕਰਕੇ ਕਈ ਚੀਜ਼ਾਂ ਜਿਹੜੀਆਂ ਮੇਰੇ ਚੰਗੀਆਂ ਸ਼ਾਇਦ ਉਹਨਾਂ ਨੇ ਦਿੱਤੀਆਂ, ਜਿਹੜੀਆਂ ਮਾੜੀਆਂ ਉਹ ਮੇਰੀਆਂ ਆਪਦੀਆਂ। ਅਤੇ ਮੰਮਾ ਨੇ ਬਹੁਤ ਵਾਰ ਬਚਾਇਆ ਇੱਦਾਂ, ਜਿਵੇਂ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਨਿੱਕੀਆਂ ਨਿੱਕੀਆਂ, ਉਹ ਜਦੋਂ ਕਿ ਸਾਨੂੰ ਇਹ ਲੱਗਦਾ ਹੁੰਦਾ ਸੀ, ਸਾਨੂੰ ਉਹਨਾਂ ਨੇ ਕਹਿਣਾ ਵੀ ਮੈਂ ਨਹੀਂ ਦੱਸੂੰਗੀ ਚੱਲ ਤੇਰੇ ਪਾਪਾ ਨੂੰ, ਹੈ ਨਾ, ਬਹੁਤ ਵਾਰ ਬਚਾਇਆ ਉਹਨਾਂ ਨੇ ਪਾਪਾ ਦੀ ਮਾਰ ਤੋਂ, ਸਪੈਸ਼ਲੀ ਜਿਵੇਂ ਪੜ੍ਹਾਈ ਨੂੰ ਲੈ ਕੇ, ਜਾਂ ਕਈ ਵਾਰ ਕੋਈ ਕੰਮ ਮੈਂ ਕਿਹਾ ਮੈਂ ਕੀਤਾ ਨਹੀਂ, ਉਹ ਮਤਲਬ ਮੇਰੀ ਬਜਾਏ ਮੰਮਾ ਨੇ ਆਪ ਕਰਤਾ, ਵੀ ਇਹਨੂੰ ਕਿਹਾ ਸੀ ਇਹ, ਚਾਹੇ ਟਾਈਡੀ ਅਪ ਸੀ ਚਾਹੇ ਕੁਛ ਵੀ ਚੀਜ਼ ਸੀਗੀ, ਉਹ ਆਪ ਕਰਤੀ। ਅਤੇ ਮੈਨੂੰ, ਪਰ ਮੈਨੂੰ ਇਹ ਲੱਗਦਾ ਵੀ ਹੁਣ ਇਹ ਲੱਗਦਾ ਜਦੋਂ ਵੱਡੇ ਹੋ ਗਏ ਵੀ ਦੱਸੋ ਸਾਰਾ ਕੁਛ ਦਿੰਦੇ ਹੋਣੇ, ਅਤੇ ਉਹ ਮਤਲਬ ਉਹਨਾਂ ਨੇ ਰਿਐਕਟ ਨਹੀਂ ਕੀਤਾ, ਸਿਰਫ ਇਹ ਵੀ ਚਲੋ ਇੱਕ ਪੜਦਾ ਰਹਿੰਦਾ ਵੀ ਬੱਚਿਆਂ ਨੂੰ ਇਹ ਚੀਜ਼ ਦਾ ਥੋੜ੍ਹਾ ਜਿਹਾ ਡਰ ਵੀ ਰਹੂਗਾ ਅਤੇ ਸਿਆਣੇ ਰਹਿਣਗੇ। ਬਹੁਤ ਵਾਰ ਬਚਾਇਆ ਉਹਨਾਂ ਨੇ, ਮਾਂ ਨੇ ਤਾਂ ਬਹੁਤ ਵਾਰ ਬਚਾਇਆ। ਅਕਸਰ ਇਹ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਇੱਕ ਐਕਟਰਸ ਦਾ ਕਰੀਅਰ ਕਿਤੇ ਨਾ ਕਿਤੇ ਰੁਕ ਜਾਂਦਾ ਹੈ, ਜਾਂ ਫਿਲਮਾਂ ਮਿਲਣੀਆਂ ਬੰਦ ਹੋ ਜਾਂਦੀਆਂ ਨੇ, ਪਰ ਇੱਕ ਐਕਟਰ ਦਾ ਕਰੀਅਰ ਕਦੇ ਨਹੀਂ ਰੁਕਦਾ।
ਤੁਹਾਡੇ ਅਕੋਰਡਿੰਗ ਇੱਕ ਐਕਟਰਸ ਨੂੰ ਇਸ ਸਿਚੁਏਸ਼ਨ ਨਾਲ ਡੀਲ ਕਿਉਂ ਕਰਨਾ ਪੈਂਦਾ ਹੈ? ਮੈਂ ਐਕਟਰ ਦਾ ਪੁਆਇੰਟ ਆਫ ਵਿਊ ਜਾਣਨਾ ਚਾਹੁੰਦੀ ਹਾਂ। ਹੁਣ ਪਤਾ ਨਹੀਂ ਇਹ ਗੱਲ, ਤੁਸੀਂ ਤਾਂ ਝੂਠੀ ਪਾਈ ਹੋਈ ਹੈ ਵੈਸੇ, ਹਨਾ? ਤੇ ਹੋਰ ਵੀ ਮਤਲਬ ਹੁਣ ਆਪਣੇ ਕੋਲ ਹੈਗੀਆਂ ਐਗਜ਼ਾਮਪਲਸ ਇਦਾਂ ਦੀਆਂ ਵੀ ਉਹਦੇ ਕਰਕੇ ਨਹੀਂ ਰੁਕਦਾ। ਮੈਨੂੰ ਲੱਗਦਾ ਸਮ ਟਾਈਮ ਇਹ ਹੁੰਦਾ ਵੀ ਉਹ ਰੋਕਣ ਦੇ ਪਿੱਛੇ ਉਹਦੇ ਪਾਰਟਨਰ ਦਾ ਬਹੁਤ ਵੱਡਾ ਮਤਲਬ ਰੋਲ ਪਲੇ ਹੁੰਦਾ। ਹੁਣ ਚਾਹੇ ਐਕਟਰਸ ਆ, ਹੈ ਨਾ, ਚਾਹੇ ਐਕਟਰ ਆ, ਬੇਸਿਕਲੀ ਜਿਹੜੀ ਸੁਸਾਇਟੀ ਆ, ਬੰਦਾ ਕਰਦਾ ਰਹਿੰਦਾ ਕਿਉਂਕਿ ਬੰਦਾ ਬੰਦੇ ਨੂੰ ਦੇਖਣ ਦਾ ਹਰੇਕ ਬੰਦਾ ਹੈਬਚੁਅਲ ਹੁੰਦਾ ਵੀ ਇਹਨੇ ਘਰੋਂ ਬਾਹਰ ਜਾਣਾ, ਕੰਮ ਕਰਨਾ, ਮੁੜਨਾ, ਹੈ ਨਾ। ਅਤੇ ਜ਼ਿਆਦਾਤਰ ਜ਼ਿੰਮੇਵਾਰੀ ਆਪਣੇ ਔਰਤਾਂ ਨੂੰ ਨਿਭਾਉਣੀ ਪੈਂਦੀ ਆ, ਸਪੈਸ਼ਲੀ ਕਿਡਸ ਨੂੰ ਲੈ ਕੇ, ਅਤੇ ਉਹ ਤੋਂ ਬਾਅਦ ਘਰ ਦੀਆਂ ਵੀ ਰਿਸਪੋਂਸੀਬਿਲਟੀਜ਼, ਉਹ ਤੋਂ ਐਕਸਪੈਕਟੇਸ਼ਨ ਬਹੁਤ ਹਾਈ ਰੱਖੀ ਜਾਂਦੀ ਆ। ਸਮ ਟਾਈਮ ਮੈਨੂੰ ਲੱਗਦਾ ਫਿਰ ਇਹ ਹੁੰਦਾ ਹੋਊਗਾ, ਜਿਨ੍ਹਾਂ ਦਾ ਇਹ ਹੁੰਦਾ ਤਾਂ ਉਹਨਾਂ ਨੂੰ ਉਹ ਪ੍ਰੋਬਲਮ ਇਹ ਫੇਸ ਕਰਨੀ ਪੈਂਦੀ ਆ, ਬੇਸਿਕਲੀ ਫੈਮਿਲੀ ਦੀ ਸਪੋਰਟ ਲੈਕ ਹੋ ਜਾਂਦੀ ਹੈ। ਹੁਣ ਜਿਵੇਂ ਮੈਨੂੰ ਲੱਗਦਾ ਤੁਹਾਨੂੰ ਸਪੋਰਟ ਆ, ਹੈ ਨਾ, ਤੁਹਾਨੂੰ ਪਤਾ, ਅਤੇ ਉਹ ਸੈੱਟ 'ਤੇ ਵੀ ਤੁਹਾਡੇ ਨਾਲ ਆ ਜਾਂਦੇ ਜਦੋਂ ਟਾਈਮ ਹੁੰਦਾ, ਰਹਿੰਦੇ ਇਕੱਠੇ ਤਾਂ ਟਾਈਮ ਵੀ ਇਕੱਠਿਆਂ ਸਪੈਂਡ ਹੋ ਜਾਂਦਾ, ਸਾਰਾ ਕੁਛ ਹੋ ਜਾਂਦਾ। ਮੈਨੂੰ ਲੱਗਦਾ ਸਭ ਤੋਂ ਵੱਡਾ ਜਿਹੜਾ ਇਸ਼ੂ ਆ ਉਹ ਮਤਲਬ ਤੁਹਾਡੇ ਪਾਰਟਨਰ ਦਾ ਅਤੇ ਉਹ ਫੈਮਿਲੀ ਦਾ। ਜੇ ਤੁਹਾਨੂੰ ਉੱਥੋਂ ਪੂਰੀ ਸਪੋਰਟ ਮਿਲੇ ਤਾਂ ਆਈ ਥਿੰਕ ਮੈਨੂੰ ਲੱਗਦਾ ਫਿਰ ਨਹੀਂ ਪ੍ਰੋਬਲਮ ਹੋ ਜਾਂਦੀ। ਆਈ ਐਗਰੀ। ਸੁਰੀਲੀ ਕਈ ਵਾਰ ਸੋਚਦੀ ਹੈ ਕਿ ਕਲਾਕਾਰ ਬਣਨਾ ਕੋਈ ਸੌਖਾ ਨਹੀਂ ਹੁੰਦਾ, ਮਿਹਨਤ ਦੀ ਕਲਮ ਨਾਲ ਅੰਬਰਾਂ 'ਤੇ ਨਾਮ ਲਿਖਣਾ ਸੌਖਾ ਨਹੀਂ ਹੁੰਦਾ। ਹੁਣ ਹਰ ਸ਼ਖਸ ਨਾਮ ਪੜ੍ਹ ਸਕਦਾ, ਨਿੱਜੀ ਜ਼ਿੰਦਗੀ 'ਤੇ ਵੀ ਨਿਗਾਹ ਰੱਖ ਸਕਦਾ। ਕੋਈ ਮੰਦਾ ਬੋਲਦਾ, ਕੋਈ ਚੰਗਾ, ਕਿਸੇ ਲਈ ਵੀ ਹਰ ਕਿਸੇ ਨੂੰ ਇੱਕੋ ਪੱਧਰ 'ਤੇ ਰੱਖਣਾ ਔਖਾ ਹੀ ਹੁੰਦਾ। ਤਾਂ ਹੀ ਤਾਂ ਮੈਂ ਕਹਿੰਦੀ ਹਾਂ ਕਿ ਕਲਾਕਾਰ ਬਣਨਾ ਕੋਈ ਸੌਖਾ ਨਹੀਂ ਹੁੰਦਾ। ਕਲਾਕਾਰ ਬਣਨਾ ਵਾਕਈ 'ਚ ਕੋਈ ਮੂੰਗ ਦਾ ਹਲਵਾ ਨਹੀਂ ਹੈ, ਇਹ ਗੱਲ ਸੁਰੀਲੀ ਬਖੂਬੀ ਜਾਣਦੀ ਹੈ। ਤਾਂ ਹੀ ਤਾਂ ਆਪਣੇ ਸਰਪ੍ਰਾਈਜ਼ ਨਾਲ ਕਲਾਕਾਰਾਂ ਨੂੰ ਖੁਸ਼ ਕਰਦੀ ਹੈ। ਇਹ ਤਾਂ ਨੀਰੂ ਜੀ ਬਖੂਬੀ ਜਾਣਦੇ ਨੇ। ਸਮਝ ਗਏ ਹੋਵੋਗੇ ਕਿ ਹੁਣ ਵਾਰੀ ਹੈ ਸੁਰੀਲੀ ਦੇ ਸਰਪ੍ਰਾਈਜ਼ ਦੀ। ਸਭ ਤੋਂ ਪਹਿਲੇ ਤਾਂ ਮੈਂ ਤਰਸੇਮ ਜੱਸੜ ਭਾਅ ਜੀ ਅਤੇ ਨੀਰੂ ਬਾਜਵਾ ਮੈਮ ਨੂੰ ਬਹੁਤ ਬਹੁਤ ਕੰਗਰੈਚੁਲੇਟ ਕਹਿਣਾ ਚਾਹੂੰਗਾ, ਮੁਬਾਰਕਾਂ ਦੇਣਾ ਚਾਹੂੰਗਾ ਅਤੇ ਬੈਸਟ ਵਿਸ਼ਸ ਫੋਰ ਮਾਂ ਦਾ ਲਾਡਲਾ ਜਿਹੜੀ ਕਿ ਰਿਲੀਜ਼ ਹੋ ਰਹੀ ਹੈ 16 ਸਤੰਬਰ ਨੂੰ। ਬਹੁਤ ਬਹੁਤ ਮੁਬਾਰਕਾਂ। ਟ੍ਰੇਲਰ ਇਹ ਫਿਲਮ ਦਾ ਬਹੁਤ ਹੀ ਵਧੀਆ ਮੈਨੂੰ ਲੱਗਿਆ, ਸਾਰੇ ਲੋਕ ਇਹਨੂੰ ਲਾਈਕ ਕਰ ਰਹੇ ਨੇ ਔਰ ਗਾਣਾ ਜਿਹੜਾ ਟਾਈਟਲ ਟਰੈਕ ਹੈ ਉਹ ਵੀ ਬਹੁਤ ਪਸੰਦ ਕੀਤਾ ਜਾ ਰਿਹਾ। ਮੈਂ ਇਹਨਾਂ ਦੋਨਾਂ ਆਰਟਿਸਟਾਂ ਨਾਲ ਦੋ ਦੋ ਫਿਲਮਾਂ ਕਰ ਚੁੱਕਿਆ, ਨੀਰੂ ਜੀ ਨਾਲ ਹੀਰ ਰਾਂਝਾ ਕੂੜਾ ਐੜਾ ਅਤੇ ਤਰਸੇਮ ਜੱਸੜ ਭਾਅ ਜੀ ਨਾਲ ਕੂੜਾ ਐੜਾ ਅਤੇ ਖਾਓ ਪੀਓ ਐਸ਼ ਕਰੋ। ਅਤੇ ਮੈਨੂੰ ਕੰਮ ਕਰਕੇ ਦੋਨਾਂ ਦੇ ਨਾਲ ਬਹੁਤ ਮਜ਼ਾ ਆਇਆ ਸੀਗਾ ਔਰ ਮੈਂ ਇਸ ਡਾਇਰੈਕਟਰ ਫੀਲ ਕੀਤਾ ਭਾਅ ਜੀ ਨਾਲ ਕੰਮ ਕਰਕੇ, ਤਰਸੇਮ ਭਾਅ ਜੀ ਨਾਲ, ਕਿ ਭਾਅ ਜੀ ਦੇ ਅੰਦਰ ਹਜੇ ਹੋਰ ਬੜੇ ਟੈਲੈਂਟ ਨੇ ਜੇ ਜਿਹੜੇ ਕਿ ਕਰੈਕਟਰ ਹੋਰ ਹਜੇ ਕਰ ਸਕਦੇ ਨੇ, ਲਾਈਕ ਐਕਸ਼ਨ ਜਿਹੜਾ ਕਿ ਭਾਅ ਜੀ ਨੇ ਹਜੇ ਕੀਤਾ ਨਹੀਂ ਹੈਗਾ। ਮੈਂ ਭਾਅ ਜੀ ਨੂੰ ਵੀ ਕਈ ਵਾਰੀ ਕਹਿ ਚੁੱਕਿਆ, ਕੰਟੈਂਟ ਬੇਸਡ ਐਕਸ਼ਨ, ਫਾਲਤੂ ਵਾਲਾ ਐਕਸ਼ਨ ਨਹੀਂ, ਕੰਟੈਂਟ ਬੇਸਡ ਐਕਸ਼ਨ। ਮਤਲਬ ਕਿਸੇ ਫਿਲਮ ਦਾ ਜੇ ਟਾਈਟਲ ਹੋਵੇ ਜੇ ਜੱਟ ਵਿਗੜ ਗਿਆ, ਉਹ ਤਰਸੇਮ ਭਾਅ ਜੀ ਨਾਲ ਬਹੁਤ ਹੀ ਵਧੀਆ ਜਾਊਗਾ। ਅਤੇ ਹੀ ਇਜ਼ ਅ ਮਲਟੀ ਟੈਲੈਂਟਡ ਗਾਏ, ਮਲਟੀ ਟੈਲੈਂਟਡ ਐਕਟਰ, ਅਤੇ ਉਹ ਇਨ ਫਿਊਚਰ ਜ਼ਰੂਰ ਭਾਅ ਜੀ ਕਰਾਂਗੇ ਆਪਾਂ। ਔਰ ਬਹੁਤ ਬਹੁਤ ਮੁਬਾਰਕਾਂ, ਬੈਸਟ ਵਿਸ਼ਸ ਮਾਂ ਦਾ ਲਾਡਲਾ ਫਿਲਮ ਲਈ ਦੋਨਾਂ ਆਰਟਿਸਟਾਂ ਨੂੰ। ਗੋਡ ਬਲੈਸ ਯੂ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ ਤੁਹਾਡੀਆਂ ਵਿਸ਼ਸ ਲਈ, ਅਤੇ ਆਪਣੀ ਹੋਈ ਸੀ ਗੱਲ ਅਤੇ ਜਲਦੀ ਕਰਾਂਗੇ ਆਪਾਂ ਕੁਛ। ਹੁਣ ਇੱਕ ਸਪੈਸ਼ਲ ਸਰਪ੍ਰਾਈਜ਼ ਨੀਰੂ ਜੀ ਤੁਹਾਡੇ ਲਈ। ਹੈਲੋ ਨੀਰੂ ਜੀ, ਹਾਊ ਆਰ ਯੂ, ਕਿੱਦਾਂ ਤੁਸੀਂ? ਠੀਕ ਹੋ? ਤੁਹਾਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸਲਾਮ, ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਨੂੰ ਜਿਹੜਾ ਪੈਗਾਮ ਦੇਣਾ ਚਾਹੁੰਦਾ ਉਹ ਇਹ ਵੇ ਕਿ ਤੁਸੀਂ ਬਹੁਤ ਵਧੀਆ ਆਰਟਿਸਟ ਹੋ, ਤੁਸੀਂ ਬਹੁਤ ਵਧੀਆ ਪਰਫੋਰਮ ਕਰਦੇ ਹੋ। ਤੁਹਾਡੇ ਨਾਲ ਮੈਂ ਦੋ ਫਿਲਮਾਂ ਕੀਤੀਆਂ,
ਤਾਂ ਦੋਵਾਂ ਦੇ ਵਿੱਚ ਬਹੁਤ ਮਜ਼ਾ ਆਇਆ। ਔਰ ਸਪੈਸ਼ਲੀ ਜਦੋਂ ਅਸੀਂ ਐਸ਼ਵਰਿਆ ਕੀਤੀ ਹੈ ਮਾਂ ਦਾ ਲਾਡਲਾ, ਮਾਂ ਦਾ ਲਾਡਲਾ ਦੇ ਵਿੱਚ ਤਾਂ ਤੁਹਾਡਾ ਜਿਹੜਾ ਪਰਫੋਰਮ ਹੈ ਮਤਲਬ ਐਂਡ ਮਾਇੰਡ ਬਲੋਇੰਗ, ਤੁਸੀਂ ਮਤਲਬ ਨੈਕਸਟ ਲੈਵਲ ਤੋਂ ਵੀ ਉੱਤੇ ਦਾ ਪਰਫੋਰਮ ਕੀਤਾ, ਅਤੇ ਤੁਸੀਂ ਨਾਲ ਸਾਡੇ ਨਾਲ ਜਿਹੜਾ ਕੰਮ ਕੀਤਾ ਔਰ ਤੁਸੀਂ ਨਾਲ ਐਪਰੀਸ਼ੀਏਟ ਵੀ ਕੀਤਾ, ਤੁਸੀਂ ਹੱਸਦੇ ਵੀ ਰਹੇ ਸਾਡੀਆਂ ਗੱਲਾਂ ਦੇ ਉੱਤੇ, ਅਤੇ ਅੱਜ ਪਾਕਿਸਤਾਨ ਦੇ ਵਿੱਚ ਤੁਹਾਡੀ ਇਸ ਫਿਲਮ ਦੀ ਬਹੁਤ ਜ਼ਿਆਦਾ ਪਬਲਿਸਿਟੀ ਹੋ ਰਹੀ ਹੈ, ਲੋਕ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਕਿ ਮਾਂ ਦਾ ਲਾਡਲਾ ਦਾ ਬਹੁਤ ਜ਼ਿਆਦਾ ਇੰਤਜ਼ਾਰ ਹੋ ਰਿਹਾ, ਔਰ ਇੰਤਜ਼ਾਰ ਵੀ ਇਸ ਤਰ੍ਹਾਂ ਹੋ ਰਿਹਾ ਜਿੱਦਾਂ ਤੁਸੀਂ ਆਪ ਇੱਥੇ ਲਾਈਵ ਆਉਣਾ ਪਾਕਿਸਤਾਨ ਵਿੱਚ, ਅਤੇ ਬਸ ਜਲਦੀ ਜਲਦੀ 16 ਸਪਟੰਬਰ ਆਏ ਅਤੇ ਸਾਡੀ ਫਿਲਮ ਮਾਂ ਦਾ ਲਾਡਲਾ ਲੋਕ ਦੇਖਣ, ਫਿਰ ਉਸ ਤੋਂ ਬਾਅਦ ਬਾਕੀ ਦੇ ਫੈਸਲੇ ਹੋਣਗੇ। ਮੈਂ ਤਾਂ ਤੁਹਾਨੂੰ 10 ਨੰਬਰਾਂ 'ਚੋਂ 10 ਨੰਬਰ ਦੇ ਚੁੱਕਿਆ, ਤੁਸੀਂ ਜਿਹੋ ਜਿਹਾ ਪਰਫੋਰਮ ਕੀਤਾ, ਅਤੇ ਤਰਸੀਮ ਵੀਰੇ ਨੇ ਵੀ ਮਤਲਬ ਐਂਡ ਲੈਵਲ ਦਾ ਕੰਮ ਕੀਤਾ, ਤੁਸੀਂ ਦੋਵਾਂ ਨੇ ਫਿਲਮ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ, ਅਤੇ ਮੇਰੀ ਵੱਲੋਂ ਤੁਹਾਨੂੰ ਪੇਸ਼ਗੀ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ ਇਸ ਫਿਲਮ ਦੀਆਂ। ਥੈਂਕ ਯੂ ਸੋ ਮਚ ਨਸੀਮ ਜੀ। ਅੱਛਾ, ਇਹਨਾਂ ਦਾ ਕਹਿਣਾ ਇਜ਼ ਅ ਬਿਗ ਕੰਪਲੀਮੈਂਟ, ਕਿਉਂਕਿ ਕਾਮੇਡੀ ਦੇ ਮਤਲਬ ਕਾਮੇਡੀ ਕਿੰਗ ਨੇ, ਅਤੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ, ਸੋ ਥੈਂਕ ਯੂ ਸੋ ਮਚ ਜੀ, ਥੈਂਕ ਯੂ। ਸਰਪ੍ਰਾਈਜ਼ ਤੋਂ ਬਾਅਦ ਵਾਰੀ ਹੈ ਸੁਰੀਲੀ ਦੇ ਸਵਾਲਾਂ ਦੀ, ਜਿਨ੍ਹਾਂ ਦੇ ਜਵਾਬ ਤੁਸੀਂ ਸੱਚੇ ਸੱਚੇ ਅਤੇ ਐਂਟਰਟੇਨਿੰਗ ਦੇਣੇ ਆ। ਜੇ ਦਾ ਨੀਰੂ ਬਾਜਵਾ ਕਿਸੇ ਤੋਂ ਰੁੱਸ ਜਾਣ ਤਾਂ ਉਹਨਾਂ ਨੂੰ ਮਨਾਉਣ ਦਾ ਸਭ ਤੋਂ ਆਸਾਨ, ਸਰਲ ਅਤੇ ਸਟੀਕ ਤਰੀਕਾ ਕੀ ਹੋਵੇਗਾ? ਬਹੁਤ ਹੀ ਸਿੰਪਲ ਆ, ਸੋਰੀ ਕਹਿ ਦਿਓ, ਦੈਟਸ ਇਟ। ਤੁਸੀਂ ਜੋ ਕੀਤਾ ਉਹਦੀ ਰਿਸਪੋਂਸਿਬਿਲਿਟੀ ਲਓ ਅਤੇ ਬਸ ਇੱਕ ਸੋਰੀ ਕਹਿ ਦਿਓ, ਦੈਟਸ ਇਟ। ਜੱਸੜ ਸਾਹਿਬ, ਤੁਹਾਡੇ 'ਚੋਂ ਇੱਕ ਘੈਂਟ ਸਰਦਾਰ ਅਤੇ ਨਾਲ ਨਾਲ ਇੱਕ ਸ਼ੌਂਕੀ ਜੱਟ ਵੀ ਨਜ਼ਰ ਆਉਂਦਾ, ਤਾਂ ਕੋਈ ਸ਼ੌਂਕ ਦੱਸੋ ਜੋ ਤੁਸੀਂ ਹਾਲ ਹੀ 'ਚ ਪੁਗਾਇਆ ਹੋਵੇ ਜਾਂ ਫਿਰ ਆਉਣ ਵਾਲੇ ਸਮੇਂ 'ਚ ਪੁਗਾਉਣਾ ਚਾਹੁੰਦੇ ਹੋ। ਸ਼ੌਂਕ ਤਾਂ ਮਤਲਬ ਬਹੁਤ ਨੇ, ਅਤੇ ਹਾਲ ਹੀ ਵਿੱਚ ਤਾਂ ਮੈਨੂੰ ਕਾਰਾਂ ਦਾ ਸ਼ੌਂਕ ਬਹੁਤ ਹੈਗਾ, ਹਾਲ ਹੀ ਵਿੱਚ ਹੁਣ ਕਾਰ ਲਈ ਆ ਨਵੀਂ, ਅਤੇ ਉਹ ਤਾਂ ਪੁਗਾ ਲਿਆ। ਪੁਗਾਉਣ ਵਾਲੇ ਹਜੇ ਕਾਫੀ ਰਹਿੰਦੇ ਆ, ਮੈਂ ਆਪਣੇ ਤਰੀਕੇ ਦਾ ਇੱਕ ਸਟੱਡ ਫਾਰਮ ਚਾਹੁੰਦਾ, ਆਪਣੇ ਤਰੀਕੇ ਦਾ ਇੱਕ ਮਤਲਬ ਸਾਰਾ ਤਾਮ ਜਾਮ ਜਿਹਾ ਬਣਾਉਣਾ ਚਾਹੁੰਦਾ, ਇੱਕ ਫਾਰਮ ਹਾਊਸ ਕਹਿ ਲਓ, ਅਤੇ ਉਹ ਪੁਗਾਊਂਗਾ ਜਲਦੀ, ਮਹਾਰਾਜ ਕਿਰਪਾ ਕਰਨ। ਉਹ ਮੈਨੂੰ ਜਾਨਵਰਾਂ ਨਾਲ ਹੈਗਾ ਪਿਆਰ, ਅਤੇ ਜੋ ਚੀਜ਼ਾਂ ਪੁਰਾਣੀਆਂ ਮਿਲੀਆਂ ਜਿਵੇਂ ਗੁਰੂ ਸਾਹਿਬ ਟਾਈਮ ਤੋਂ ਘੋੜਿਆਂ ਦਾ ਉਹਨਾਂ ਨੂੰ ਸੀਗਾ, ਉਹ ਚੀਜ਼ਾਂ ਪੁਰਾਣੀਆਂ ਚੀਜ਼ਾਂ ਸਾਂਭਣ ਦਾ ਮੈਨੂੰ ਹੈਗਾ। ਮਾਂ ਦਾ ਲਾਡਲਾ ਟ੍ਰੇਲਰ 'ਚ ਇੰਨਾ ਫਨ ਕਰਦੇ ਨਜ਼ਰ ਆ ਰਹੇ ਹੋ, ਇੱਦਾਂ ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਔਨ ਸੈੱਟ ਖਾਪਣਾ ਪਾਈ ਹੋਵੇ। ਔਨ ਸੈੱਟ ਹੋਏ ਕਿਸੇ ਫਨੀ ਕਿੱਸੇ ਨੂੰ ਤਾਂ ਹੁਣ ਸ਼ੇਅਰ ਕਰਨਾ ਹੀ ਪਊਗਾ ਸੁਰੀਲੀ ਨਾਲ। ਕਰੋ, ਇਹ ਬਹੁਤ ਮੁਸ਼ਕਿਲ ਜੋ ਸਵਾਲ ਆ, ਕਦੇ ਮੈਨੂੰ ਇਹਦਾ ਆਨਸਰ ਹੀ ਨਹੀਂ ਪਤਾ। ਮੈਂ ਤੁਹਾਨੂੰ ਦੱਸਾਂ ਇੱਕ ਮਤਲਬ ਫਨੀ ਮੂਮੈਂਟ ਕਹਿ ਲਓ, ਚਾਹੇ ਉਹਨੂੰ ਸਪੈਸ਼ਲ ਮੂਮੈਂਟ ਕਹਿ ਲਓ, ਹੈ ਨਾ। ਅਤੇ ਇੱਕ ਵਾਰ ਨਾ ਮੈਨੂੰ ਸਾਨੂੰ ਓਬਵੀਅਸਲੀ ਖਾਈਦਾ ਸੀਗਾ, ਹੈ ਨਾ, ਨੀਰੂ ਜੀ ਜਿੰਨਾ ਹੈਲਦੀ ਨਹੀਂ ਕੋਈ ਖਾ ਸਕਦਾ, ਮਤਲਬ ਜਿੰਨਾ ਧਿਆਨ ਇਹ ਰੱਖਦੇ ਆ, ਹੈ ਨਾ, ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਰੱਖ ਸਕਦਾ। ਅਸੀਂ ਇਹਨਾਂ ਨੂੰ ਹੱਸਦੇ ਸੀ, ਅਸੀਂ ਕਿਹਾ 10-20 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ, ਉਹ 'ਚ ਹੀ ਪਏ ਹੋ ਤੁਸੀਂ, ਹੈ ਨਾ, ਕੀ ਕਰਦੇ ਹੋ? ਫਿਰ ਮੈਂ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਚੋਰੀ, ਥੋੜ੍ਹੀ ਥੋੜ੍ਹੀ ਡਾਇਟ ਤਾਂ ਮੈਨੂੰ ਪਤਾ, ਉਹ ਮੈਂ ਇੱਦਾਂ ਨਹੀਂ ਦੱਸਣੀ ਕਿਉਂਕਿ ਮੈਨੂੰ ਵੀ ਬਹੁਤ ਚਿਰ ਬਾਅਦ ਪਤਾ ਲੱਗੀ ਆ। ਇੱਕ ਇਹਨਾਂ ਨੇ ਚੀਜ਼ ਮੰਗਾਈ, ਇੱਕ ਦਿਨ ਨਾ ਇਹ ਖਾ ਰਹੇ ਸੀ, ਇਹਨਾਂ ਨੇ ਕੁਛ ਮੰਗਾਇਆ, ਕੀ ਸੀ ਉਹ ਲੰਬੇ ਲੰਬੇ ਦੱਸੋ। ਐਸਪੈਰੀਗਸ, ਹਾਂਜੀ, ਐਸਪੈਰੀਗਸ, ਕਿਉਂਕਿ ਮੈਨੂੰ ਤਾਂ ਇਹਦਾ ਨਾਮ ਹੀ ਨਹੀਂ ਲੈਣਾ ਆਉਂਦਾ, ਮੈਨੂੰ ਪੰਜਾਬੀ 'ਚ ਪਤਾ ਨਹੀਂ ਹੈ ਉਹ ਕੀ ਕਹਿੰਦੇ ਉਹਨੂੰ, ਇਹੀ ਹੁੰਦਾ ਬਸ ਉਹ, ਚਲੋ ਜੋ ਵੀ ਹੁੰਦਾ। ਇਹਨਾਂ ਨੇ ਉਹ ਮੰਗਾਇਆ ਅਤੇ ਉਹਨੂੰ ਨਾ ਮਤਲਬ ਇਹ ਲੱਗੇ ਹੋਏ ਕੁਛ ਕਰਨ, ਮੈਂ ਵੀ ਇਹ ਕੀ ਕਰਨਾ ਤੁਸੀਂ ਇਹਦਾ, ਕਹਿੰਦੇ ਤੁਹਾਨੂੰ ਕਰਕੇ ਦੱਸਦੀ ਹਾਂ ਫਿਰ ਮੈਂ ਕੀ ਕਰਨਾ। ਦੈਨ ਇਹਨਾਂ ਨੇ ਇੱਕ ਸੈਂਡਵਿਚ ਬਣਾ ਕੇ ਖਿਲਾਇਆ, ਮਤਲਬ ਉਹਦੇ ਵਿੱਚ ਉਹ ਪਾਏ ਅਤੇ ਉਹਨਾਂ ਨੂੰ ਪਹਿਲਾਂ ਟੋਸਟ ਕੀਤਾ, ਆਈ ਥਿੰਕ ਪਹਿਲਾਂ ਮੈਂ ਬੇਕ ਕੀਤਾ ਸੀ, ਥੋੜ੍ਹਾ ਓਲਿਵ ਓਇਲ, ਸਾਲਟ ਐਂਡ ਪੈਪਰ,
ਤੇ ਉਹ ਇੰਨਾ ਸਵਾਦ, ਮੈਂ ਕਿਹਾ ਵੀ ਜੇ ਹੈਲਦੀ ਖਾਣਾ ਇਹੋ ਜਿਹਾ ਹੁੰਦਾ ਇਹ ਤਾਂ ਬੰਦਾ ਰੱਜ ਕੇ ਰੋਜ਼ ਖਾ ਸਕਦਾ ਹੈ ਨਾ। ਅਤੇ ਉਹ ਸੈਂਡਵਿਚ ਮਤਲਬ ਜਿਹੜਾ ਇਹਨਾਂ ਨੇ ਬਣਾਇਆ ਉਹਦੇ ਲਈ ਤਾਂ ਅਸੀਂ ਬੜਾ ਉਦੋਂ ਵੀ, ਚਲੋ ਮੈਂ ਇਹਨਾਂ ਦਾ ਥੈਂਕਸ ਕੀਤਾ ਅਤੇ ਹੁਣ ਵੀ ਕਰਦਾ ਹੈ ਨਾ ਵੀ ਇਹਨਾਂ ਨੇ ਸਪੈਸ਼ਲ ਉਹ ਸੈਂਡਵਿਚ ਬਣਾਇਆ ਅਤੇ ਬੜਾ ਸਵਾਦ ਸੀਗਾ, ਥੈਂਕ ਯੂ ਸੋ ਮਚ, ਹੈਲਦੀ ਵੀ ਸੀਗਾ। ਲਓ ਜੀ, ਸਿਰਾ ਤਾਂ ਤੁਸੀਂ ਸ਼ੁਰੂ ਤੋਂ ਹੀ ਲਾ ਰਹੇ ਹੋ, ਹੁਣ ਤਾਂ ਤੁਸੀਂ ਆਪਣੇ ਜਵਾਬਾਂ ਨਾਲ ਵੀ ਐਂਡ ਕਰਾਤੀ। ਹੁਣ ਵਧਦੇ ਹਾਂ ਆਪਾਂ ਆਪਣੇ ਫਨ ਸੈਗਮੈਂਟ ਵੱਲ, ਜਿੱਥੇ ਸਾਨੂੰ ਪਤਾ ਲੱਗੂਗਾ ਕਿ ਤੁਹਾਡੇ ਦੋਵਾਂ ਵਿੱਚੋਂ ਇੱਕ ਦੂਜੇ ਨੂੰ ਵੱਧ ਕੌਣ ਜਾਣਦਾ। ਤਾਂ ਮੈਂ ਦੋਵਾਂ ਕਲਾਕਾਰਾਂ ਨੂੰ ਇੱਕ ਦੂਜੇ ਦੇ ਕਰੀਅਰ ਤੋਂ ਪੰਜ ਪੰਜ ਸਵਾਲ ਪੁੱਛੂੰਗੀ, ਤੁਸੀਂ ਦੇਣੇ ਉਹਨਾਂ ਦੇ ਜਵਾਬ, ਤੇ ਸਭ ਤੋਂ ਵੱਧ ਸਹੀ ਜਵਾਬ ਦੇਣ ਵਾਲੇ ਨੂੰ ਸੁਰੀਲੀ ਵੱਲੋਂ ਮਿਲੂਗਾ, ਦੱਸੋ ਦੱਸੋ ਕਦੇ ਕੁਛ ਨੀ ਦਿੱਤਾ, ਕਿੰਨੀ ਵਾਰ ਆ ਚੁੱਕੀ ਆ, ਨਹੀਂ ਇਸ ਵਾਰ ਮਿਲੂਗਾ ਤੁਹਾਨੂੰ ਚਾਹ ਦਾ ਕੱਪ, ਉਹ ਵੀ ਮੈਂ ਮੰਗਵਾਇਆ ਤੁਹਾਡੇ ਲਈ ਵੀ, ਸੁਰੀਲੀ ਵੱਲੋਂ ਮਿਲੂਗਾ ਢੇਰ ਸਾਰਾ ਪਿਆਰ। ਤਰਸੇਮ, ਨੀਰੂ ਬਾਜਵਾ ਦੀ ਫਸਟ ਡਾਇਰੈਕਟੋਰੀਅਲ ਡੇਬਿਊ ਫਿਲਮ ਕਿਹੜੀ ਸੀ? ਏ ਬਿਊਟੀਫੁਲ ਬਿੱਲੋ, ਬੀ ਸਰਗੀ, ਜਾਂ ਸੀ ਦਿਲ ਵਿਲ ਪਿਆਰ ਵਿਆਰ? ਆਈ ਥਿੰਕ ਸਰਗੀ। ਕਰੈਕਟ, ਰਾਈਟ ਆਨਸਰ ਇਜ਼ ਸਰਗੀ। ਨੀਰੂ, ਤਰਸੇਮ ਦੇ ਪਹਿਲੇ ਸਿੰਗਲ ਟਰੈਕ ਦਾ ਟਾਈਟਲ ਕੀ ਸੀ? ਨਹੀਂ ਪਤਾ। ਏ ਅੱਤਵਾਦੀ, ਬੀ ਆਉਂਦਾ ਸਰਦਾਰ, ਜਾਂ ਸੀ ਅਸੂਲ? ਅਸੂਲ। ਉਹਨਾਂ ਵਿੱਚ ਕਨਫਿਊਜ਼, ਅੱਤਵਾਦੀ, ਮੈਂ ਸੋਚਿਆ ਕਿ ਤੁਸੀਂ, ਮੈਂ ਤਾਂ ਪਹਿਲਾਂ ਕਿਹਾ, ਮੈਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ, ਆਈ ਥੌਟ ਕਿ ਟਾਈਟਲ ਤੁਸੀਂ ਰੱਖ ਹੀ ਨਹੀਂ ਸਕਦੇ। ਨਹੀਂ, ਸਭ ਤੋਂ ਪਹਿਲਾਂ ਗਾਣਾ ਹੀ ਉਹੀ ਸੀ, ਇੰਨੇ ਕੰਫੀਡੈਂਸ ਨਾਲ ਲਾਈਕ ਅਸੂਲ, ਮੈਂ ਥੌਟ ਨਹੀਂ, ਮੈਨੂੰ ਪਤਾ ਸੀ, ਮੈਂ ਕਿਹਾ ਇਹ ਨਹੀਂ ਪਤਾ ਹੋ ਸਕਦਾ ਤੁਹਾਨੂੰ, ਇਹ ਨਹੀਂ ਪਤਾ ਹੁੰਦਾ। ਤਰਸੇਮ, ਅਕੋਰਡਿੰਗ ਟੂ ਗੂਗਲ, ਨੀਰੂ ਬਾਜਵਾ ਨੇ ਕਿੰਨੇ 뮤직 ਵੀਡੀਓਜ਼ 'ਚ ਫੀਚਰ ਕੀਤਾ? ਏ 9, ਬੀ 4, ਜਾਂ ਸੀ 14? ਪੂਰਾ ਕਰੋ, ਤੈਨੂੰ ਵਿੱਚ ਖਾਬਾ ਦੇ ਜੀ ਆ ਬਿਨਾ ਹੋਇਆ ਨਾ ਗੱਲ ਵੱਖਰੀ ਹੁੰਦੀ ਹੈ। ਨਹੀਂ ਨਹੀਂ, ਦੁਬਾਰਾ ਦੁਬਾਰਾ, ਚਲੋ ਚੰਗੀ ਤਰ੍ਹਾਂ। ਨਹੀਂ, ਤੈਨੂੰ ਵਿੱਚ ਖਾਬਾਂ ਦੇ ਅਸੀਂ ਰੋਜ਼ ਬੁਲਾਨੇ, ਪਰ ਮੈਨੂੰ ਪਤਾ ਤਾਂ ਇਹ ਗੱਲ ਵੱਖਰੀ ਗਾਣਾ। ਹਾਂ ਫਿਰ ਅੱਗੇ ਹੁਣੇ ਤਾਂ ਤੁਸੀਂ, ਮੈਨੂੰ ਆਪਦੇ ਗਾਣੇ ਨਹੀਂ ਯਾਦ, ਜਦੋਂ ਤੁਸੀਂ ਹਾਰ ਹੀ ਗਏ ਤਕਰੀਬਨ ਮੰਨੋ। ਪਲੀਜ਼, ਮੈਨੂੰ ਗਾਣੇ ਦਾ ਤਾਂ ਪਤਾ, ਗਲ ਵਕੜੀ ਪਾਉਣੀ ਆ, ਮੈਂ ਤੈਨੂੰ ਦੱਸ। ਅੱਛਾ, ਤੈਨੂੰ ਖਾਬਾਂ ਚ ਗਲ ਵਕੜੀ ਪਾਉਣੀ ਆ, ਦੇਖੋ ਮੈਂ ਪਹਿਲਾਂ ਤਾਂ ਕਿਹਾ ਤਾਂ ਸੀ ਹਾਂ ਤੁਸੀਂ ਥੋੜਾ ਗਲ ਵਕੜੀ, ਹਾਂ ਸੋ ਦੈਨ ਇਹ ਤਾਂ ਮੈਨੂੰ ਦੇ ਦਿਓ, ਕਰੈਕਟ ਕਰ ਦਿਓ। ਨਹੀਂ ਵੈਸੇ ਰਹੂੰਗੀ, ਕਿਉਂਕਿ ਮੈਨੂੰ ਸਿੰਗਿੰਗ ਦਾ ਉਹ ਹੈ ਨਾ ਫੋਬੀਆ, ਮੈਂ ਵੀ ਨਰਵਸ ਹਾਂ। ਇਹ ਹੁਣ ਇਹੀ ਦੱਸੂਗੀ, ਸੁਰੀਲੀ ਦੱਸੂਗੀ। ਤਰਸੇਮ, ਨੀਰੂ ਦੀ ਤਿੰਨੋਂ ਡਾਟਰਸ ਦੇ ਨਾਮ ਕੀ ਹੈ? ਮੈਂ ਫਸ ਜਾਵਾਂ, ਕਿਉਂਕਿ ਅਨਾਇਆ ਦਾ ਤਾਂ ਮੈਨੂੰ ਪੱਕਾ ਯਾਦ ਆ ਰਿਹਾ, ਦੂਜਿਆਂ ਦਾ ਵੀ ਜ਼ਿਕਰ ਨਹੀਂ। ਉਹ ਫਿਰ ਹੁਣ ਤੁਸੀਂ ਮੈਨੂੰ ਦੱਸੋ। ਦੈਟਸ ਓਕੇ, ਆਲੀਆ ਐਂਡ ਅਖੀਰਾ। ਆਲੀਆ ਐਂਡ ਅਖੀਰਾ, ਆਲੀਆ ਨੈਕਸਟ ਟਾਈਮ ਪੁੱਛੇ ਸੁਰੀਲੀ ਯਾਦ ਆਉਂਦੀ। ਅਨਾਇਆ, ਆਲੀਆ, ਅਖੀਰਾ। ਨੀਰੂ, ਤਰਸੇਮ ਇੰਸਟਾਗ੍ਰਾਮ ਤੇ ਸਿਰਫ ਇੱਕ ਜਾਣੇ ਨੂੰ ਫੋਲੋ ਕਰਦੇ ਆ, ਉਹ ਸ਼ਖਸ ਕੌਣ ਨੇ? ਆਈ ਨੋ ਦਿਸ ਵਨ। ਏ ਵੇਲੀ ਜਨਤਾ ਫਿਲਮਸ, ਬੀ
ਕੁਲਬੀਰ ਝਿੰਜਰ ਬੀ ਯਾ ਸੀ ਵੇਲੀ ਜਨਤਾ ਰੈਕੋਰਡਸ ਬੀ ਬੀ ਰਾਈਟ ਆਨਸਰ ਇਜ਼ ਕੁਲਬੀਰ ਝਿੰਜਰ ਯੈਸ ਸੁਰੀਲੀ ਜੀ ਦਾ ਸਵਾਲ ਇੰਟਰਸਟਿੰਗ ਨੇ ਤਰਸੇਮ ਨੀਰੂ ਬਾਜਵਾ ਐਂਡ ਗਿੱਪੀ ਗਰੇਵਾਲ ਫੀਚਰ ਕਿਸੇ ਦੋ ਗੀਤਾਂ ਦੇ ਨਾਮ ਦੱਸ ਦਿਓ ਮਤਲਬ ਸੌਂਗ ਨਾਟ ਮੂਵੀ ਸੌਂਗ ਹਾਂਜੀ ਕੋਈ ਵੀ ਸੌਂਗ ਦੋ ਸੌਂਗ ਇੱਕ ਤਾਂ ਮੈਨੂੰ ਯਾਦ ਆ ਕਿਹੜਾ ਸੀਗਾ ਮੈਨੂੰ ਪਤਾ ਮਤਲਬ ਕਾਲੇ ਜਿਹੇ ਕੱਪੜੇ ਹੁੰਦੇ ਹਨੇਰੇ ਜਿਹੇ ਸ਼ੂਟ ਹੋਇਆ ਹੋਇਆ ਇੱਕ ਤਾਂ ਹੁਣੇ ਆਇਆ ਸੀ ਇਹਦੇ ਵਿੱਚ ਤੁਹਾਡੇ ਬੈਗ 'ਚ ਡੌਗ ਜਿਹਾ ਪਾਇਆ ਹੁੰਦਾ ਮੇਰੇ ਬੈਗ 'ਚ ਡੌਗ ਤੁਹਾਡੇ ਬੈਗ 'ਚ ਨਹੀਂ ਦੈਟਸ ਇਨਕਰੈਕਟ ਉਹ ਖੜ ਜੋ ਮੈਂ ਦੱਸ ਕੋਈ ਹੋਰ ਹੀਰੋਇਨ ਡਾਂਗ ਤਾਂ ਨਹੀਂ ਸੀਗਾ ਸਾਰੇ ਪਿੰਡ ਦੇ ਵਿਚਾਲੇ ਵੱਲੋਂ ਡਾਂਗ ਖੜ ਕੇ ਇੱਕ ਤਾਂ ਇਹ ਤਾਂ ਮੈਨੂੰ ਆ ਗਿਆ ਯਾਦ ਇੱਕ ਹੋਰ ਚਲੋ ਇਹ ਫੇਲ ਹੋ ਗਏ ਹੋ ਇਹ ਦਾ ਇੱਕ ਨਹੀਂ ਹੋਰ ਨਹੀਂ ਯਾਦ ਆ ਠੀਕ ਕੋਈ ਗੱਲ ਨਹੀਂ ਮੈਨੂੰ ਉਹ ਪੁਰਾਣੀ ਮੂਵੀ ਤਾਂ ਯਾਦ ਆ ਰਹੀ ਆ ਦੈਟਸ ਓਕੇ ਤੁਸੀਂ ਫੇਲ ਹੋ ਗਏ ਇਸ ਨੀਰੂ ਤਰਸੇਮ ਕਿਹੜੇ ਈਅਰ ਤੋਂ ਇੰਡਸਟਰੀ 'ਚ ਪ੍ਰੈਜ਼ੈਂਟ ਨੇ ਏ 2012 ਬੀ 2010 ਜਾਂ ਸੀ 2014 ਏ 2012 ਰਾਈਟ ਆਨਸਰ ਇਜ਼ 2012 ਤਰਸੇਮ ਨੀਰੂ ਬਾਜਵਾ ਦੀ ਕੋਈ 5 ਫਿਲਮਾਂ ਦੇ ਨਾਮ ਦੱਸੋ ਦੋ ਤਾਂ ਤੁਹਾਡੇ ਨਾਲ ਬਹੁਤ ਸਿੰਪਲ ਆ ਮਾਂ ਦਾ ਲਾਡਲਾ ਊੜਾ ਅੜਾ ਆਪਣੇ ਲੌਂਗ ਲਾਚੀ 2 ਅਤੇ ਉਹ ਤੋਂ ਬਿਨਾਂ ਜਿਹੜੀ ਉਹ ਸੀਗੀ ਆਪਣੇ ਲੌਂਗ ਲਾਚੀ 1 ਹੀ ਕਹਿ ਦਿਓ ਲੌਂਗ ਲਾਚੀ 1 ਕਹਿ ਲਓ ਚਲੋ ਹਾਂ ਅਤੇ ਹੋਰ ਮੇਲ ਕਰਾ ਦੇ ਰੱਬਾ ਦੇਰ ਯੂ ਗੋ ਸੀ ਮੈਂ ਤੁਹਾਡੀ ਕਿੰਨੀ ਹੈਲਪ ਕੀਤੀ ਜੱਟ ਐਂਡ ਜੂਲੀਅਟ ਹਾਂ ਤੁਸੀਂ ਉਹਨੂੰ ਕੀਤੀ ਨਹੀਂ ਮੇਰੀ ਨੀਰੂ ਤਰਸੇਮ ਦਾ ਗਾਇਆ ਕੋਈ ਗੀਤ ਸੁਣਾ ਦਿਓ ਮਾਂ ਦਾ ਲਾਡਲਾ ਪੜਾਈ ਕਰਦੀ ਮਾਂ ਦਾ ਲਾਡਲਾ ਜਾਂਦਾ ਨੱਪੀ ਇੱਧਰ ਪੰਗੇ ਉੱਧਰ ਪੰਗੇ ਬਣਦਾ ਜਾਂਦਾ ਹੁਣ ਤਾਂ ਗੱਪੀ ਇੰਗਲਿਸ਼ ਬੜਾ ਪੰਜਾਬੀ ਹੋਇਆ ਜੈਂਟਲਮੈਨ ਨਵਾਬੀ ਹੋਇਆ ਰੂਡ ਸੀ ਜਿਹੜਾ ਡੂਡ ਵੀ ਹੋਇਆ ਮਾਂ ਦਾ ਲਾਡਲਾ ਮਾਂ ਵੀ ਅੱਕੀ ਮਾਂ ਦਾ ਲਾਡਲਾ ਬੜਾ ਏ ਗੱਪੀ ਮਾਂ ਦਾ ਲਾਡਲਾ ਜਾਂਦਾ ਨੱਪੀ ਵੈਰੀ ਗੁੱਡ ਨੀਰੂ ਬਾਜਵਾ ਤੇ ਇਸ ਗੇਮ ਦੇ ਵਿਨਰ ਨੇ ਤਰਸੇਮ ਜੱਸੜ ਲਓ ਜੀ ਜਿੰਨੇ ਸੋਹਣੇ ਸਵਾਲ ਓਨੇ ਸੋਹਣੇ ਤੁਸੀਂ ਜਵਾਬ ਦਿੱਤੇ ਹੈ ਤੇ ਹੁਣ ਗੱਲ ਕਰਦੇ ਹਾਂ ਤੁਹਾਡੀ ਫਿਲਮ ਮਾਂ ਦਾ ਲਾਡਲਾ ਦੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ ਤਰਸੇਮ ਐਂਡ ਨੀਰੂ ਹੁਣ ਤੁਸੀਂ ਆਪਣੀ ਫਿਲਮ ਬਾਰੇ ਦੱਸੋ ਫਿਲਮ ਬਾਰੇ ਦੱਸੋ ਜੀ ਫਿਲਮ ਬਾਰੇ ਮੈਂ ਗੋਰਾ ਮੈਂ ਸਹਿਜ ਤੇ ਅਸੀਂ ਆ ਰਹੇ ਹਾਂ ਮਾਂ ਦਾ ਲਾਡਲਾ ਲੈ ਕੇ ਤੇ ਫਿਲਮ ਦੇ ਵਿੱਚ ਸਾਡੇ ਕਰੈਕਟਰ ਮੇਰਾ ਕਰੈਕਟਰ ਗੋਰੇ ਦਾ ਬੜਾ ਵਿਚਾਰਾ ਜਿਵੇਂ ਇਹਨਾਂ ਨੇ ਦੱਸਿਆ ਬਦਤਮੀਜ਼ ਜਾਹਲ ਅਨਪੜ੍ਹ ਜਮਾਈ ਜ਼ੀਰੋ ਖਤਮ ਮੈਂ ਇੱਦਾਂ ਦਾ ਬੰਦਾ ਵਿਚਾਰਾ ਸਾਰੀ ਦੁਨੀਆਂ ਦਾ ਕਰਜ਼ਈ ਹਾਂ ਮੈਂ ਅਤੇ ਇਹ ਬਾਈ ਅਮੀਰ ਬੰਦੇ ਸਹਿਜ ਅਤੇ ਸਹਿਜ ਤੋਂ ਸੋਹਣੀ ਸੋਹਣੀਆਂ ਗੱਡੀਆਂ ਸੋਹਣਾ ਘਰ ਅਸੀਂ ਮਾਤੜ ਬੰਦੇ ਅਤੇ ਉਹ ਤੋਂ ਬਾਅਦ ਫਿਰ ਸਹਿਜ ਕਿਵੇਂ ਮਤਲਬ ਮੇਰੀ ਕਿੱਥੇ ਕਿੱਥੇ ਬੇਇੱਜ਼ਤੀ ਕਰਦੀ ਹੈ ਤੁਹਾਨੂੰ ਫਿਲਮ ਦੇਖ ਕੇ ਅੱਛਾ ਕੱਟ ਤੋਂ ਬਾਅਦ ਮੈਂ ਤੁਹਾਨੂੰ ਸੋਰੀ ਵੀ ਕਿਹਾ ਕਾਫੀ ਟਾਈਮ ਕਿਉਂਕਿ ਮੈਨੂੰ ਵੀ ਬਹੁਤ ਬੁਰਾ ਲੱਗਿਆ ਜਦੋਂ ਮੈਨੂੰ ਤੁਹਾਡੀ ਬੇਇੱਜ਼ਤੀ ਕਰਨੀ ਪਈ ਮਤਲਬ ਇੰਨੀ ਤੁਸੀਂ ਜ਼ਿਆਦਾ ਮਤਲਬ ਇੰਨੀ ਐਕਸੈਸ 'ਚ ਮੇਰੀ ਬੇਇੱਜ਼ਤੀ ਕੀਤੀ ਨਾ ਇਹਨਾਂ ਨੇ ਇਹਨਾਂ ਨੂੰ ਜਦੋਂ ਕੱਟ ਹੁੰਦਾ ਸੀ ਨਾ ਬਾਅਦ ਸੋਰੀ
ਮੈਂ ਖਿਲਾ ਰਿਹਾ ਮੈਂ ਫਿਰ ਵੀ ਖਿਲਾਉਣ ਲੱਗਿਆ ਉਹ ਮਤਲਬ ਪ੍ਰੋਪਰ ਨੈਚੁਰਲ ਸੀਨ ਹੋਇਆ ਉਹ ਇਹਨਾਂ ਨੇ ਫੜਿਆ ਚਮਚਾ ਜਿਹਾ ਜਿਹੜਾ ਕੜਾਹ ਸੀ ਚੱਕ ਕੇ ਮੇਰੇ ਮੂੰਹ ਤੇ ਮਾਰਿਆ। ਤੁਸੀਂ ਮੈਨੂੰ ਇਰੀਟੇਟ ਹੀ ਇੰਨਾ ਕੀਤਾ ਸੀ ਕਿ ਮੇਰੇ ਕੱਟ ਕੇ ਹੁਣ ਖੜਾ ਮੈਂ ਤੇ ਨਸੀਬ ਜੀ ਦੋਨਾਂ ਨੇ ਵਿੱਕੀ ਭਾਜੀ ਅਸੀਂ ਦੋਨਿਆਂ ਨੇ ਰਲ ਕੇ ਪੂਰਾ ਮਤਲਬ ਰੱਜ ਕੇ ਇਰੀਟੇਟ ਕਰਦੇ ਸੀ ਇਹਨਾਂ ਨੂੰ ਤਾਂ ਫਿਰ ਬਹੁਤ ਨੈਚੁਰਲ ਰਿਐਕਸ਼ਨ ਬਹੁਤ ਨੈਚੁਰਲ ਜੁੱਤੀਆਂ ਖਾਧੀਆਂ। ਯੈਸ ਐਂਡ ਫੈਮਿਲੀ ਫਿਲਮ ਆ ਸੋ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਜਾਣਾ ਹੈ ਫਿਲਮ ਦੇਖਣ ਐਂਡ ਆਈ ਥਿੰਕ ਕਿ ਮਾਂ ਦਾ ਲਾਡਲਾ ਇੱਕ ਯੂਨੀਵਰਸਲ ਫੀਲਿੰਗ ਹੈ ਆਪਣੀ ਯੂ ਨੋ ਮੋਮ ਦੀ ਮੋਮਸ ਲਈ ਮੋਮਸ ਨੂੰ ਲੈ ਕੇ ਜਾਓ ਇੰਜੋਏ ਵਿਦ ਯੋਰ ਹੋਲ ਫੈਮਿਲੀ। ਯੈਸ ਐਂਡ ਤੁਸੀਂ ਤਰਸੇਮ ਜੀ ਨੂੰ ਤੁਸੀਂ ਬਹੁਤ ਹੀ ਅਲੱਗ ਕੈਰੇਕਟਰ ਅਵਤਾਰ 'ਚ ਦੇਖੋਗੇ ਜੋ ਕਿ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਸੋ ਮਾਂ ਦਾ ਲਾਡਲਾ ਮਾਂ ਦਾ ਲਾਡਲਾ। ਲਓ ਜੀ ਹੁਣ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਸੇਮ ਟਾਈਮ ਸੇਮ ਜਗ੍ਹਾ ਨਵੇਂ ਕਲਾਕਾਰਾਂ ਦੇ ਨਾਲ। ਤੁਸੀਂ ਵੇਖਦੇ ਰਹੋ ਦ ਕ੍ਰੌਸ ਇੰਟਰਵਿਊ ਸੀਜ਼ਨ 2। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।